ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਲਾਜ਼ੋ ਦੀ ਕਟਿੰਗ ਕਰਨੀ ਆ ਠੀਕ ਆ ਤੇ ਦੀ ਟੱਕ ਮੈਂਟ ਆਇਆ ਸੀ ਪਲਾਜ਼ੋ ਦਾ ਨਾਪ ਕਿੱਦਾਂ ਲੈਣਾ ਤੇ ਦੂਜਾ ਕਮੈਂਟ ਆਇਆ ਸੀ ਆਪਾਂ ਨੂੰ ਦੀਦ ਦਾ ਵੀ ਪਲਾਜ਼ੋ ਦੀ ਹੈਪ ਆਸਣ ਤੇ ਮੂਰੀ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਜਾਵੇ ਇਹ ਹੋ ਗਿਆ ਤੇ ਇੱਕ ਦੀ ਰਕਮੈਂਟ ਆਇਆ ਸੀ ਵੀ ਜਿਹੜਾ ਆਪਾਂ ਪਲਾਜ਼ੋ ਦੇ ਵਿੱਚ ਮੀਜ਼ਰਮੈਂਟ ਐਡ ਕਰਦੇ ਆ ਵੀ ਉਹਦੇ ਬਾਰੇ ਸਮਝ ਨਹੀਂ ਆਈ ਤੇ ਆਪਾਂ ਉਹਦੇ ਬਾਰੇ ਵੀ ਪੂਰੀ ਚੰਗੀ ਤਰ੍ਹਾਂ ਸਮਝਾਉਣ ਦੀ ਮੈਂ ਕੋਸ਼ਿਸ਼ ਕਰੂੰਗੀ ਠੀਕ ਆ ਤੇ ਨਾਲੇ ਆਪ ਜੇ ਆਪਾਂ ਪਲਾਜ਼ੋ ਦੀ ਹੁਣ ਕਟਿੰਗ ਕਰਨੀ ਹੈ ਜੇਕਰ ਤੁਸੀਂ ਬਿਲਕੁਲ ਵੀ ਕਦੇ ਵੀ ਨਹੀਂ ਕਰੀ ਕਟਿੰਗ ਨਾ ਤੁਸੀਂ ਹੁਣ ਮੇਰੇ ਨਾਲ-ਨਾਲ ਕਰੋ ਤੇ ਅੱਜ ਆਪਾਂ ਪੂਰੀ ਕਟਿੰਗ ਕਰਕੇ ਹਟਾਂਗੇ ਦੀ ਠੀਕ ਆ ਪਲਾਜ਼ੋ ਦੀ ਤੇ ਹੁਣ ਦੇਖੋ ਸਭ ਤੋਂ ਪਹਿਲਾਂ ਤੁਸੀਂ ਕਾਪੀ ਤੇ ਪੈਨ ਚੱਕ ਲਓ ਠੀਕ ਆ ਕੈਂਚੀ ਲੈ ਲਓ ਐਂਜੀ ਟੇਪ ਲੈ ਲਓ ਚਾਕ ਲੈ ਲਓ ਤੇ ਆ ਲੈ ਲਊਗਾ ਜਿਹੜਾ ਕੱਪੜਾ ਆਪਾਂ ਪਲਾਜ਼ੋ ਦੀ ਜਿਹਦਾ ਪਲਾਜ਼ੋ ਬਣਾਉਣਾ ਠੀਕ ਆ ਇੱਕ ਹੁਣ ਤੁਸੀਂ ਦੇਖੋ ਵੀ ਤੁਹਾਡੇ ਕੋਲ ਨਾਪ ਹੈਗਾ ਜਿਹੜਾ ਪਲਾਜ਼ੋ ਦਾ ਨਾਪ ਲੈਣਾ ਮੈਂ ਤੁਸੀਂ ਉਹ ਬਿਲਕੁਲ ਲੰਬਾਈ ਸਹੀ ਆ ਦੀ ਤੇ ਆਸਣ ਤੇ ਬਿਲਕੁਲ ਸਾਰਾ ਕੁਝ ਸਹੀ ਆ ਬੀਜੀ ਦਾ ਆਪ ਬਣਾ ਕੇ ਦੇਣਾ ਮਮੂਰੀ ਵੀ ਉਨੀ ਹੀ ਰੱਖਣੀ ਆ ਸਾਰਾ ਬਿਲਕੁਲ ਸੈਟ ਆ ਤੇ ਫਿਰ ਉਸ ਦਾ ਤੁਸੀਂ ਨਾਪ ਲਓ ਜੇ ਉਹਦੇ ਵਿੱਚ ਹੀ ਪ੍ਰੋਬਲਮ ਆ ਆਉਦੀ ਮੂਰੀ ਖੁੱਲੀ ਆ ਜਾਂ ਮੂਰੀ ਤੰਗਾ ਜਾਂ ਉੱਚਾ ਵਾ ਜਾਂ ਜ਼ਿਆਦਾ ਨੀਵਾ ਫਿਰ ਉਹਦਾ ਨਾਪ ਨਹੀਂ ਲੈਣਾ ਠੀਕ ਆ ਬਿਲਕੁਲ ਜਿਹੜੀ ਸੈਟ ਆ ਤਾਂ ਉਹਦਾ ਨਾਪ ਲੈਣਾ ਠੀਕ ਹੈ ਤੇ ਹੁਣ ਦੇਖੋ ਹੁਣ ਆਪਾਂ ਜੋ ਪਲਾਚੋ ਦਾ ਨਾਪ ਲੈਣਾ ਵਾ ਸਭ ਤੋਂ ਪਹਿਲਾਂ ਮੈਂ ਪਹਿਲਾਂ ਨਾਪ ਦੇ ਬਾਰੇ ਦੱਸਦੀ ਹਾਂ ਵੀ ਇਹ ਨਾਪ ਹੈਗਾ ਆਪਣੇ ਕੋਲੇ ਜੇਕਰ ਨਾਪ ਨਹੀਂ ਹੈਗਾ ਤੇ ਫਿਰ ਆਪਾਂ ਨੂੰ ਕੀ ਕੀ ਚਾਹੀਦਾ ਫਿਰ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਜੇ ਆਪਣੇ ਕੋਲ ਨਾਪ ਨਹੀਂ ਹੈਗਾ ਨਾ ਆਪਾਂ ਐ ਇਦਾਂ ਹੀ ਬਣਾਉਣਾ ਫਿਰ ਆਪਾਂ ਨੇ ਕੀ ਕਰਨਾ ਇੰਚੀ ਟੇਪ ਲੈਣਾ ਐ ਇਦਾਂ ਆਪਦੇ ਲੱਕ ਦੇ ਆਲੇ ਦੁਆਲੇ ਲੱਕ ਦੇ ਆਲੇ ਦੁਆਲੇ ਇਦਾਂ ਸਾਰਾ ਪੂਰਾ ਮਿਣ ਕੇ ਪੂਰਾ ਇਦਾਂ ਪੂਰਾ ਖਿੱਚ ਕੇ ਵੀ ਨਹੀਂ ਕਰ ਸਕੇ ਵੀ ਨਹੀਂ ਮਿਲਣਾ ਤੇ ਜਿਆਦਾ ਢਿੱਲਾ ਵੀ ਨਹੀਂ ਛੱਡਣਾ ਬਿਲਕੁਲ ਐਂ ਸੈਟ ਇਦਾਂ ਕਰਕੇ ਨਾ ਲੱਕ ਨੂੰ ਤੇ ਇਦਾਂ ਮਣਕੇ ਦੇਖੋ ਲੱਕ ਸਾਰਾ ਇਦਾਂ ਰਾਉਂਡ ਸ਼ੇਪ ਚ ਇਦਾਂ ਜਿੰਨਾ ਇਦਾਂ ਜਦੋਂ ਮਣੋਂਗੇ ਨਾ ਤੁਸੀਂ ਇਦਾਂ ਦੀ ਲੱਕ ਨੂੰ ਮਣੋਂਗੇ ਜਿੱਥੇ ਤੁਸੀਂ ਪਲਾਜ਼ੋ ਬੰਨਦੇ ਹੋ ਕਈ ਤਾਂ ਨੂੰ ਕਮਰ ਤੇ ਨੂੰ ਕਰਕੇ ਬੰਨਦੇ ਨੇ ਕਈ ਬਿਲਕੁਲ ਲੱਕ ਤੇ ਬੰਨਦੇ ਨੇ ਤੇ ਜਿੱਥੇ ਤੁਸੀਂ ਬੰਨਦੇ ਹੋ ਉਥੋਂ ਇਦਾਂ ਕਰਕੇ ਮਣ ਲਓ ਠੀਕ ਆ ਤੁਸੀਂ ਲੱਕ ਹੀ ਮਣੋ ਪਹਿਲਾਂ ਪੂਰਾ ਆਪਾਂ ਉਸ ਹਿਸਾਬ ਦੇ ਨਾਲ ਆਪਾਂ ਨੇ ਉਹ ਕਰਨਾ ਵਾ ਮੀਜ਼ਰਮੈਂਟ ਲਾਵਾਂਗੇ ਸਾਰਾ ਤੇ ਇਦਾਂ ਲੱਕ ਮੈਣ ਲਓ ਲੱਕ ਮੈਣ ਤੋਂ ਬਾਅਦ ਜਿੱਥੇ ਤੱਕ ਆ ਤੁਹਾਡਾ ਇਹ ਮੁੜ ਕੇ ਆ ਗਿਆ ਇਦਾਂ ਉਹ ਪੂਰੀ हिਪ ਹੋਊਗੀ ਤੁਹਾਡੀ ਉਹ ਉਹ ਨੂੰ ਨਾ ਤੁਸੀਂ ਹੈਪ ਨੂੰ ਲਿਖ ਲਓ ਇਦਾਂ ਹੈਪ ਲਿਖ ਕੇ ਜਿੰਨੀ ਤੁਹਾਡੀ ਹੈਪ ਆਈ ਆ ਉਹ ਲਿਖ ਲਓ ਉਹ ਜਿੰਨੀ ਪੂਰੀ ਤੁਹਾਡੀ ਰਾਉਂਡ ਸ਼ੇਪ ਵਿੱਚ ਆਈ ਉਹ ਤੁਸੀਂ ਉਹ ਲਿਖ ਲਓ ਠੀਕ ਹੈ ਤੇ ਜੇਕਰ ਤੁਸੀਂ ਹੁਣ ਇਦਾਂ ਹੁਣ ਇਹਦੇ ਤੋਂ ਪਲਾਜ਼ੋ ਤੋਂ ਲੈਣਾ ਨਾਪ ਤੇ ਹੁਣ ਇਹਦੇ ਤੇ ਤੇ ਇਲਾਸਟਿਕ ਪਾਇਆ ਹੋਇਆ ਨਾ ਤੇ ਹੁਣ ਜੇ ਇਦਾਂ ਹੈਪਪਨਪਨ ਜਦੋਂ ਇਹਨੂੰ ਮਿਣਾਗੇ ਖਿੱਚ ਖੁੱੱਚ ਕੇ ਮਣਾਗੇ ਉਹ ਸਹੀ ਨਹੀਂ ਮਣੀ ਜਾਣੀ ਆਪਾਂ ਹੁਣ ਸਹੀ ਨਾਪ ਹੈਪ ਦਾ ਕਿਵੇਂ ਲਵਾਂਗੇ ਆਪਾਂ ਇਹਦੇ ਨਾਲ ਦਾ ਜਿਹੜਾ ਕਮੀਜ਼ ਹੋਊਗਾ ਨਾਪ ਦਾ ਉਹ ਆਪਾਂ ਕਮੀਜ਼ ਲੈ ਲੈਣਾ ਤੇ ਜਿੱਥੋਂ ਆ ਚਾਕ ਸ਼ੁਰੂ ਹੁੰਦੇ ਹੁੰਦੇ ਨੇ ਆਹਾ ਵਾਲੇ ਆਪਾਂ ਚਾਕ ਸ਼ੁਰੂ ਹੁੰਦੇ ਨੇ ਆ ਹੈਪ ਰੱਖਦੇ ਹੁੰਨੇ ਆ ਕਮੀਜ਼ ਦੀ ਹੈਪ ਹੁੰਦੀ ਆ ਨਾ ਉਹ ਵਾਲੀ ਮੈਣ ਲੈਣੀ ਆ ਇਦਾਂ ਕਰਕੇ ਪੂਰੀ ਸਹੀ ਰੱਖ ਕੇ ਆ ਦੇਖੋ ਇਦਾਂ ਹੈਪ ਦਾ ਨਾਪ ਲੈਣੀ ਆ ਪੂਰੀ ਆ ਵਾਲੀ ਚੀਜ਼ ਠੀਕ ਆ ਇਹ ਆਪਣੀ ਹੁਣ 16.5 ਆਈ ਹੈ ਠੀਕ ਆ ਇਹ ਹੋਗੀ ਹਾਫ ਕਿਉਂਕਿ ਆਪਾਂ ਇੱਕ ਪਾਸੇ ਮੂਹਰੇ ਕੱਲੇ ਫਰੰਟ ਦੀ ਮਣੀ ਆ ਤੇ ਹੁਣ ਪਿਛਲੇ ਪਾਸੇ ਦੀ ਵੀ ਹੋਣੀ ਆ ਇਹਨੂੰ ਆਪਾਂ ਡਬਲ ਕਰ ਲੈਣਾ ਹੁਣ 16.5 ਨੂੰ ਠੀਕ ਆ 16.5 ਨੂੰ ਆਪਾਂ ਜਦੋਂ ਡਬਲ ਕਰਿਆ ਤੇ ਇਹ ਡਬਲ ਇਹ ਹਾਫ ਹੋਗੀ 16.5 ਤੇ ਡਬਲ ਕਰਾਂਗੇ ਇਹ ਤੇ ਇਹ 33 ਇੰਚ ਹੋਗੀ ਠੀਕ ਆ 16 ਦੋਨੇ 32 ਤੇ ਇਦਾਂ ਇੰਚ ਲਾ ਕੇ 33 ਠੀਕ ਆ ਇਦਾਂ ਦੋਨਾਂ ਦਾ ਲਾ ਕੇ 33 ਇੰਚ ਆਪਣੀ हिਪ ਬਣਗੀ ਇਦਾਂ ਕਮੀਜ਼ ਤੋਂ ਨਾਪ ਲਓ ਤੇ ਜੇਕਰ ਤੁਸੀਂ ਇਹ ਬਾਡੀ ਮੀਜ਼ਰਮੈਂਟ ਲਿਆ ਤੁਸੀਂ ਉਹ ਵਾਲਾ ਲਿਖ ਲਓ ਇੱਥੇ ਪਹਿਲਾਂ ਪੂਰੇ ਵਾਲਾ ਲਿਖ ਲੈਣਾ ਠੀਕ ਆ ਤੇ ਹੁਣ ਇਸ ਤੋਂ ਅੱਗੇ ਆਪਾਂ ਨੇ ਕੀ ਕਰਨਾ ਤੇ ਹੁਣ ਆਪਾਂ ਨੇ हिਪ ਤਾਂ ਆਪਦੀ ਕਮੀਜ਼ ਤੋਂ ਨਾਪ ਲਈਆ ਇਦਾਂ ਇਹਦੇ ਨਾਪ ਹੋਣਗੇ ਆਪਣੇ ਕੋਲ ਸਾਰੇ हिਪ ਆਸਣ ਲੰਬਾਈ ਤੇ ਮੂਰੀ ਚਾਰ ਨਾਪ ਨੇ ਇਹਦੇ ਆਪਾਂ ਨੇ ਚਾਰ ਨਾਪ ਇੱਕ ਪੱਟ ਵੀ ਮੈਣਨੇ ਨੇ ਆਪਾਂ ਨੇ ਪੱਟ ਮੈਣਨੇ ਨੇ ਆ ਦੇਖੋ ਜੇ ਤੁਸੀਂ ਇਹਦੇ ਤੋਂ ਹੀ ਮੰਨਦੇ ਹੋ ਨਾ ਪਲਾਜੋ ਤੋਂ ਹੀ ਆਹ ਵਾਲੀ ਇੱਥੋਂ ਚੀਜ਼ ਆਹ ਪੱਟ ਆਹ ਚੀਜ਼ ਤੋਂ ਠੀਕ ਆ ਆ ਚੀਜ਼ ਤੋਂ ਆਪਦਾ ਪੱਟ ਵੀ ਮੰਨ ਲਓ ਇੱਥੋਂ ਆਹ ਵਾਲੀ ਚੀਜ਼ ਤੋਂ ਆਹ ਪੱਟ ਕਿੰਨਾ 4-5 ਨਾਪ ਹੋਗੇ ਬਸ ਇਹਦੇ ਇਹ ਲਿਖ ਲੈਣੇ ਜੇ ਆਪਾਂ ਨਾਪ ਲੈ ਰਹੇ ਹਾਂ ਤੇ ਪੱਟ ਨਾਪਣ ਤੋਂ ਬਾਅਦ ਫਿਰ ਆਪਾਂ ਨੇ ਲੈਣੀ ਆ ਲੰਬਾਈ ਠੀਕ ਆ ਹੁਣ ਆਪਾਂ ਨੇ ਕੀ ਕਿੰਨੇ ਨਾਪਿਆ ਹੈ ਪਰ ਲਿਖ ਲਈ ਪੱਟ ਲਿਖ ਲੈਣੇ ਆ ਦੇ ਤੇ ਠੀਕ ਆ ਪੱਟ ਨਾਪ ਕੇ ਲਿਖ ਲੈਣਾ ਤੇ ਫੇਰ ਆਪਾਂ ਇੱਥੋਂ ਇਲਾਸਟਿਕ ਤੋਂ ਇੱਥੋਂ ਤੇ ਰੱਖ ਲੈਣਾ ਮੈਂ ਸਿੱਧਾ ਕਰਕੇ ਇਦਾਂ ਲਾ ਰੱਖ ਕੇ ਆਪਾਂ ਨੇ ਆਪਣੀ ਲੰਬਾਈ ਨਾਪ ਲੈਣੀ ਆ ਇਹ ਲੰਬਾਈ ਹੈਗੀ ਆਪਣੀ ਪੂਰੀ 30 ਇੰਚ ਤਿਆਰ ਦੀ ਤਿਆਰ ਲੰਬਾਈ ਹੈ ਆਪਣੀ ਠੀਕ ਆ ਲੰਬਾਈ ਲਾ ਲਈ ਆਪਾਂ ਨੇ 30 ਇੰਚ ਆ ਦੇਖੋ 30 ਇੰਚ ਹੋ ਗਈ ਠੀਕ ਆ ਤੇ ਮੈਂ ਹੁਣ ਤੁਹਾਨੂੰ ਇਹ ਦੱਸੂਗੀ ਵੀ ਜੇਕਰ ਲੰਬਾਈ ਆਪਾਂ 30 ਇੰਚ ਲੈ ਲਈ ਫੇਰ ਆਪਾਂ ਨੇ ਇੱਥੋਂ ਮੂਰੀ ਮਾਣ ਲੈਣੀ ਆ ਠੀਕ ਆ ਪੂਰੀ ਮੂਰੀ ਤਿਆਰ ਆਪਾਂ ਕਿੰਨੀ ਰੱਖਣੀ ਆ ਤੇ ਉਹ ਉਹ ਲੈ ਲੈਣੀ ਆ ਤੇ ਮੂਰੀ ਲੈ ਲਈ ਆਪਾਂ ਨੇ 9 ਇੰਚ ਠੀਕ ਆ ਨਾਪ ਕੀ ਮੈਂ ਕਿ ਲਿਖੇ ਨੇ ਕਮੀਜ਼ ਤੋਂ ਨਾਪ ਲਿਆ ਆਪਾਂ ਨੇ ਜੇ ਆਪਣੇ ਕੋ ਕਮੀਜ਼ ਆ ਤਾਂ ਆਪਾਂ ਨੇ ਕਮੀਜ਼ ਤੋਂ ਨਾਪ ਕੇ ਹੈਪ ਲੈ ਲਈ 16.5 ਆਪਾਂ ਨੇ ਉਹ ਡਬਲ ਕਰ ਲਈ 33 ਇੰਚ ਹੈਪ ਕਰ ਲਈ ਠੀਕ ਆ ਤੇ ਇਹ ਇਹ ਦਾ ਹੀ ਆ ਇਹ ਹੈਗਾ ਨਾ 12 ਸਾਲ ਦੀ ਬੱਚੀ ਦਾ ਪਲਾਜ਼ੋ ਆਪਾਂ 12 ਸਾਲ ਦੀ ਆਪਾਂ ਨੇ ਦੇਖਣਾ ਕਿੰਨੇ ਸਾਲ ਦੀ ਬੱਚੀ ਆ ਆਪਾਂ ਨੇ ਹਮੇਸ਼ਾ ਉਹਦੀ ਹੈਪ ਦੇਖਣੀ ਆ ਵੀ ਕਿੰਨੀ ਹੈਪਾ ਉਸ ਹਿਸਾਬ ਦੇ ਨਾਲ ਹੀ ਕਈ ਵਾਰੀ 12 ਸਾਲ ਦੀ ਬੱਚੀ ਦੀ ਹੈਪ ਜਿਆਦਾ ਹੁੰਦੀ ਹੈ 16 ਸਾਲ ਦੀ ਬੱਚੀ ਦੀ ਜਮਾ ਪਤਲੀ ਜੀ ਹੁੰਦੀ ਹੈ ਠੀਕ ਹੈ ਤੇ ਇਸੇ ਤਰ੍ਹਾਂ ਜਿਵੇਂ ਹੁਣ ਮੇਰੀ ਵੱਡੀ ਬੇਟੀ ਹੈ ਕਿ ਛੋਟੀ ਬੇਟੀ ਹੈ ਛੋਟੀ ਬੇਟੀ ਦੀ ਹੈਪ ਜਿਆਦਾ ਤੇ ਵੱਡੀ ਦੀ ਉਹ ਛੋਟੀ ਜੀ ਪਤਲੀ ਜੀ ਹੈ ਉਹਦਾ ਠੀਕ ਹੈ ਇਦਾਂ ਆਪਾਂ ਉਮਰ ਦੇ ਹਿਸਾਬ ਦੇ ਨਾਲ ਆਪਾਂ ਨਾਪ ਨੀਲ ਲਿਖ ਸਕਦੇ ਨਾਪ ਤਾਂ ਆਪਾਂ ਮਿੰਕੀ ਪਤਾ ਲੱਗੂਗਾ ਕਿ ਬੱਚਾ ਕਿਦਾਂ ਦਾ ਹੈਲਦੀ ਜਿਆ ਜਾਂ ਪਤਲਾ ਜਿਆ ਠੀਕ ਹੈ ਤੇ ਹੁਣ ਆਪਾਂ ਨੇ ਕੀ ਲਿਆ ਵਾ ਆਸਣ ਮਾਜਰਾ ਜੇਕਰ ਆਪਣੇ ਕੋਲ ਆਸਣ ਨਹੀਂ ਹੈਗਾ ਨਾ ਆਸਣ ਦੇਖਣਾ ਮੈਂ ਤੁਹਾਨੂੰ ਅੱਜ ਆਸਣ ਕੱਢਣਾ ਵੀ ਦੱਸੂਗੀ ਤੇ हिਪ ਜਦੋਂ ਹਿੱਪ ਦੇ ਬਾਰੇ ਦੱਸੂ ਫਿਰ ਮੈਂ ਤੁਹਾਨੂੰ ਨਾਲ ਹੀ ਆਸਣ ਵੀ ਦੱਸੂਗੀ ਠੀਕ ਹੈ ਤੇ 12 ਸਾਲ ਦੀ ਬੱਚੀ ਆਪਾਂ ਇਹਦੇ 11 ਅੰਕ 11 ਗੰਜ ਆਪਾਂ ਆਸਣ ਰੱਖਾਂਗੇ ਦਾ ਠੀਕ ਆ ਉਹ ਮੈਂ ਲਿਖ ਲਿਆ ਤੇ ਜੇਕਰ ਤੁਹਾਡੇ ਕੋਲ ਕੋਈ ਤਿਆਰ ਪਲਾਜ਼ੋ ਹੈਗਾ ਉਹਦਾ ਆਸਣ ਬਿਲਕੁਲ ਸਹੀ ਆ ਤਾਂ ਤੁਸੀਂ ਇੱਥੋਂ ਤੇ ਲੈ ਕੇ ਨਾ ਇਦਾਂ ਬਿਲਕੁਲ ਸਹੀ ਪੂਰਾ ਲਾ ਕੇ ਤੁਸੀਂ ਆਸਣ ਮੈਨ ਲਓ ਦਾ ਠੀਕ ਆ ਇਦਾਂ ਜਿੱਥੇ ਤੱਕ ਹੋਊਗਾ ਆਸਣ ਤੁਸੀਂ ਆਸਣ ਲਾ ਲਓ ਜਿੰਨਾ ਹੈਗਾ ਉਹਦਾ ਤੇ ਫੇਰ ਤੁਸੀਂ ਉਹ ਲੇਖ ਸਕਦੇ ਹੋ ਜੇਕਰ ਤੁਹਾਡੇ ਕੋਲ ਆਸਣ ਤੁਹਾਨੂੰ ਨਹੀਂ ਸਮਝ ਆਉਂਦੀ ਵੀ ਕਿੰਨਾ ਰੱਖਣਾ ਤਾਂ ਮੈਂ ਤੁਹਾਨੂੰ ਅੱਜ ਆਸਣ ਵੀ ਦੱਸੂਗੀ ਵੀ हिਪ ਦੇ ਹਿਸਾਬ ਦੇ ਨਾਲ ਆਸਣ ਕਿਦਾਂ ਕਿੰਨਾ ਰੱਖਣਾ ਮੇਰੀ ਇੱਕ ਵੀਡੀਓ ਵੀ ਹੈਗੀ ਆ ਕੱਲੇ ਕੱਲੇ ਆਸਣ ਦੱਸੀ ਹੋਏ ਨੇ ਮੈਂ ਤੇ ਬਸ ਇਹਦਾ ਮਤਲਬ ਇਹ ਹੁੰਦਾ ਵੀ ਹਿਪ ਦੇ ਹਿਪ ਨੂੰ ਆਪਾਂ ਨੇ ਤਿੰਨ ਨਾਲ ਡਿਵਾਈਡ ਕਰ ਲੈਣਾ ਤਿੰਨ ਨਾਲ ਤਕਸੀਮ ਕਰ ਲੈਣੀ ਆ ਤੇ ਉਹ ਆਪਣਾ ਆਸਣ ਨਿਕਲਿਆ ਹੋਣਾ ਜਿੰਨੀ ਹਿਪ ਤਿਆਰ ਆ ਆਪਣੀ ਠੀਕ ਆ ਆ ਮੰਨ ਲਓ ਵੀ ਹੁਣ ਆਪਣੇ ਕੋਲ 33 ਇੰਚ हिਪ ਤਿਆਰ ਆ ਇਹਨੂੰ ਆਪਾਂ ਤਿੰਨ ਦੇ ਨਾਲ ਆ ਤਕਸੀਮ ਕਰਤੀ ਡਿਵਾਈਡ ਕਰਤਾ ਆਪਾਂ ਇਹਨੂੰ ਆ 11 ਇੰਚ ਆਪਣੇ ਕੋਲੇ ਆਸਣ ਨਿਕਲ ਆ ਜਾ ਠੀਕ ਹੈ ਨਾ ਇਹ ਆਸਣ ਆਪਾਂ ਨੇ 11 ਇੰਚ ਹੀ ਰੱਖਣਾ ਇਹ ਬੱਚੀ ਦਾ ਤੇ ਹੁਣ ਦੇਖੋ ਜਿੰਨਾ ਜਿੰਨੀ ਤੁਹਾਡੀ हिਪ ਆ ਉਹਨੂੰ ਤਿੰਨ ਦੇ ਨਾਲ ਡਿਵਾਈਡ ਕਰ ਲਓ ਤਿੰਨ ਨਾਲ ਡਿਵਾਈਡ ਕਰਕੇ ਤੇ ਜਿੰਨਾ ਆਸਣ ਆ ਗਿਆ ਉਹ ਆਸਣ ਲਾ ਲਓ ਠੀਕ ਆ ਤਿਆਰ ਲੰਬਾਈ ਲਾਲੀ ਮੂਰੀ ਲਾਲੀ ਬਸ ਇਹਦਾ ਨਾਪ ਦੀ ਇਹ ਸਮਝ ਆਈ ਨਾ ਤੇ ਹੁਣ ਦੀ ਜਨੇ ਕਮੈਂਟ ਆਇਆ ਸੀ ਵੀ ਜਿਹੜਾ ਮੀਜ਼ਰਮੈਂਟ ਐਡ ਕਰਨਾ ਉਹਦੀ ਸਮਝ ਨਹੀਂ ਆਈ ਹੁਣ ਮੈਂ ਤੁਹਾਨੂੰ ਉਹਦੇ ਬਾਰੇ ਦੱਸਦੀ ਆ ਤੇ ਹੁਣ ਆਪਾਂ ਜਿਹੜੀ ਹੈਪ ਲਾਉਣੀ ਆ ਆਪਾਂ ਪਹਿਲਾਂ ਹੀ ਇਹਦੇ ਚ ਆਪਾਂ ਉਹਦਾ ਕੱਢ ਕੇ ਰੱਖ ਲੈਨੇ ਆ ਫਿਰ ਆਪਾਂ ਕੱਪੜੇ ਤੇ ਚੱਕ ਕੇ ਉਹ ਉਹ ਹੈਪ ਲਾ ਲਾਂਗੇ ਠੀਕ ਆ ਤੇ ਜਦੋਂ ਹੁਣ ਆਪਣੀ ਜਿਹੜੀ ਆਪਣੀ ਪੂਰੀ ਬੋਡੀ ਮੀਜ਼ਰਮੈਂਟ ਆ ਇਦਾਂ ਮਣ ਕੇ ਜਿੰਨੀ ਹੈਪ ਆਈ ਆ 33 ਚਾਹੀਏ ਨਾ ਆ ਤਾਂ ਹਾਫ ਅਕਮੀਤ ਵੀ ਨਹੀਂ ਹੋਈ ਆ ਏ ਡਬਲ ਹੋ ਗਈ ਆਪਣੀ 33 ਇੰਚ ਪੂਰੀ ਤਿਆਰ ਹਿਪ ਆਪਾਂ ਇਹਦੇ ਵਿੱਚ 5 ਇੰਚ ਪਲੱਸ ਕਰ ਦੇਣਾ ਤੁਸੀਂ ਇਦਾਂ ਕਰਿਓ ਜਿਹੜੀ ਆਹ ਵਾਲੀ ਤਾਂ ਮੈਂ ਲਿਖੂਗੀ ਇੱਥੇ ਸਾਰਾ ਇਹਦਾ ਮੀਜ਼ਰਮੈਂਟ ਚ ਲਿਖੂਗੀ ਇਹਦੀ ਤੁਸੀਂ ਸਕਰੀਨ ਸ਼ਾਟ ਲੈ ਲਿਓ ਫਿਰ ਉਹਨੂੰ ਚੰਗੀ ਤਰ੍ਹਾਂ ਸਮਝ ਲਿਓ ਤੇ ਦੇਖੋ 33 ਇੰਚ ਦੇ ਵਿੱਚ ਮੈਂ 5 ਇੰਚ ਪਲੱਸ ਕਰਤਾ ਠੀਕ ਆ ਤੇ 5 ਇੰਚ ਪਲੱਸ ਕਰਕੇ ਕਿੰਨਾ ਆ ਗਿਆ ਆਪਣਾ 38 ਇੰਚ ਇਹ ਪਲੱਸ ਕਰਨਾ ਆਪਾਂ ਨੇ ਇਹਨੂੰ ਠੀਕ ਹੈ ਜੋੜ ਕਰਨਾ ਇਹਨੂੰ ਆਪਾਂ ਨੇ ਡਿਵਾਈਡ ਨਹੀਂ ਕਰਨਾ ਗੁਣਾ ਨਹੀਂ ਕਰਨਾ ਕੁਝ ਨਹੀਂ ਕਰਨਾ ਜਿੰਨੀ ਹਿੱਪ ਆ ਗਈ ਆਪਣੀ ਤਿਆਰ ਬੋਡੀ ਮੀਜ਼ਰਮੈਂਟ ਲੈ ਕੇ ਉਹਦੇ ਵਿੱਚ ਆਪਾਂ ਨੇ 5 ਇੰਚ ਪਲੱਸ ਕਰਨਾ ਕਰਕੇ 38 ਇੰਚ ਆ ਗਿਆ ਤੇ ਹੁਣ ਇਸ 38 ਇੰਚ ਨੂੰ ਆਪਾਂ ਨੇ ਇਦਾਂ ਡਿਵਾਈਡ ਕਰ ਲੈਣਾ 38 ਇੰਚ ਨੂੰ ਇਹਨੂੰ ਕਿੰਨੇ ਨਾਲ ਕਰਨਾ ਆਪਾਂ ਨੇ 4 ਇੰਚ ਨਾਲ ਸਮਝ ਗਏ ਨਾ ਜਦੋਂ ਆਪਾਂ ਹਿੱਪ ਕੱਢਣੀ ਆ ਵੀ ਕਿੰਨੀ ਹਿੱਪ ਲਾਉਣੀ ਆ ਜਿਹੜੀ ਆਪਾਂ ਨੇ ਉਦੇ ਤੇ ਆਪਾਂ ਲਾਉਣੀ ਆ ਪਲਾਜ਼ੋ ਦੇ ਉੱਤੇ ਉਹ ਆਪਾਂ ਹਿੱਪ ਕਿੰਨੀ ਲਾਉਣੀ ਆ ਤੇ ਉਹ ਵਾਲੀ ਆਪਾਂ ਨੇ ਲਾਉਣੀ ਆ ਜਿੰਨੀ ਤਿਆਰ ਆਪਣੀ ਹੈਗੀ ਆ ਉਹ ਚ 5 ਇੰਚ ਪਲੱਸ ਕਰ ਲਿਆ ਤੇ 38 ਇੰਚ ਹੋ ਗਿਆ ਜਿੰਨਾ ਥੋੜਾ ਹੋ ਗਿਆ ਇੰਤਿਆਰ ਦੇ ਵਿੱਚ 5 ਇੰਚ ਪਲੱਸ ਕਰਨਾ ਜਿੰਨੀ ਮਰਜ਼ੀ ਹਿੱਪਾ ਤੁਹਾਡੀ ਕਰਨਾ ਚ ਫਿਰ 5 ਇੰਚ ਪਲੱਸ ਆ ਠੀਕ ਆ ਜੇ 38 48 45 ਜਿੰਨੀ ਹਿੱਪਾ ਤੁਹਾਡੀ ਉਹਦੇ ਵਿੱਚ 5 ਪਲੱਸ ਕਰ ਦੋ 5 ਪਲੱਸ ਕਰਕੇ ਜਿੰਨਾ ਆ ਗਿਆ ਉਹਨੂੰ 4 ਨਾਲ ਡਿਵਾਈਡ ਕਰਨਾ ਜਦੋਂ ਆਪਾਂ ਆਸਣ ਕੱਢਣਾ ਉਦੋਂ ਹੈਪ ਨੂੰ 3 ਨਾਲ ਪਲੱਸ ਕਰਨਾ ਤੀਜਾ ਹਿੱਸਾ ਲੈ ਲੈਣਾ ਆਪਾਂ ਨੇ ਠੀਕ ਹੈ ਨਾ ਹੁਣ ਆਗੇ ਆਪਾਂ ਇਹਨੂੰ ਆਪਾਂ ਨੇ ਇਹ ਕਰਨਾ ਆਪਾਂ 4 ਨੂੰ 38 ਨਾਲ ਡਿਵਾਈਡ ਕਰਨਾ ਆ ਦੇਖੋ 4 ਨਾਲ ਡਿਵਾਈਡ ਕੀਤਾ 9 9 6 36 ਹੋ ਗਿਆ ਨਾ ਤੇ ਇਹ 36 ਹੋ ਗਿਆ ਤੇ ਕਈਆਂ ਨੂੰ ਨਾ 36 ਦਾ 38 ਦਾ ਤਾਂ ਨਹੀਂ ਪਤਾ ਲੱਗਦਾ ਉਹ ਤਾਂ ਕਰਕੇ ਫਿਰ ਮੈਂ ਵਿੱਚ ਦੀ ਤਾਂ ਇਦਾਂ ਦੱਸ ਦਿੰਨੀ ਹੁੰਨੀ ਹੈ ਠੀਕ ਹੈ ਤੇ ਹੁਣ ਆ ਦੇਖੋ 9 ਨਾਲ ਹੋ ਗਿਆ ਤੇ ਹੁਣ ਆਪਾਂ 36 ਆ ਗਿਆ ਤੇ ਇਹਦੇ ਚੋਂ 8 ਚੋਂ 6 ਕੱਢੇ 2 ਹੋ ਗਿਆ ਤੇ ਹੁਣ ਇੱਥੇ ਆਪਾਂ ਪੁਆਇੰਟ ਲਾ ਕੇ ਪੁਆਇੰਟ ਲਾ ਕੇ 5 5 ਚੌਕਾ 20 ਇਹਦੇ ਇਹਦੀ ਜਿਹੜਾ ਪੁਆਇੰਟ ਲਾ ਕੇ ਦੀ ਜ਼ੀਰੋ ਲਾਤੀ ਇਹਦੇ 5 ਚੌਕਾ 20 ਇਹ ਦਾ ਹੋ ਗਿਆ ਇਹ ਆਪਣਾ ਇਹ ਆਪਾਂ ਨੂੰ ਸਮ ਕੱਢਣਾ ਪੈਂਦਾ ਇਦਾਂ ਕਰਕੇ ਠੀਕ ਤੇ ਹੁਣ ਇਹ 9.5 ਆਪਣੀ ਹੈਪ ਆ ਗਈ ਮਤਲਬ ਕਿ 9.5 ਇੰਚ ਆਪਾਂ ਹੈਪ ਲਾਉਣੀ ਆ ਹੈਪ ਕਿਦਾਂ ਕੱਢਣੀ ਆ ਠੀਕ ਆ ਅਰ ਦੀ ਕਹਿੰਦੀ ਵੀ ਮੀਜ਼ਰਮੈਂਟ ਮੈਨੂੰ ਵਿੱਚ ਪਲੱਸ ਕਰਨਾ ਆਇਆ ਜਿੰਨੀ ਆਪਣੀ हिਪ ਤਿਆਰ ਆਈ ਆ ਉਹਦੇ ਵਿੱਚ 5 ਇੰਚ ਪਲੱਸ ਕਰ ਲੈਣਾ ਇਦਾਂ ਹੀ ਆ ਤੁਸੀਂ ਸਕਰੀਨਸ਼ਾਟ ਖਿੱਚ ਲਓ ਫਿਰ ਤੁਹਾਨੂੰ ਆਪਣਾ ਐਨ ਆਰਾਮ ਨਾਲ ਸਮਝ ਆ ਜਾਣੀ ਐ ਇਦਾਂ ਖਿੱਚ ਲਓ ਤੇ ਹੁਣ ਦੇਖੋ ਤਿਆਰ हिਪ ਦੇ ਵਿੱਚ 5 ਇੰਚ ਪਲੱਸ ਕਰ ਲਿਆ ਤੇ ਜਿੰਨਾ ਆ ਗਿਆ ਉਹ ਲਿਖ ਲੈਣਾ ਜਿੰਨਾ ਆਇਆ ਉਹਨੂੰ ਫਿਰ 5 4 ਨਾਲ ਡਿਵਾਈਡ ਕਰਨਾ ਠੀਕ ਆ ਫਿਰ 6.9 ਇੰਚ ਆਪਣੀ ਹੈਪ ਜਿਹੜੀ ਆਪਾਂ ਇਦਾਂ ਕੱਪੜਾ ਫੋਲਡ ਕਰਕੇ ਫਿਰ ਲਾਉਣੀ ਆ ਉਹ 9.5 ਆਪਣੀ ਹੈਪ ਨਿਕਲਿਆ ਜੀ ਠੀਕ ਆ ਹੁਣ ਆਪਣੀ ਹੈਪ ਕਿੰਨੀ ਨਿਕਲਾਈ ਇੱਥੇ ਲੈ ਲੈਣੀ ਆਪਾਂ ਨੇ 9.5 9/8 ਇੰਚ ਆਪਾਂ ਦੀ ਹੈਪ ਲਾਵਾਂਗੇ ਜਦੋਂ ਆਪਾਂ ਇਹਦੀ ਪਲਾਜ਼ੋ ਦੀ ਕਟਿੰਗ ਕਰਨ ਲੱਗਣਾ ਤੇ ਜਿਹੜਾ ਹੁਣ ਆਪਣਾ ਆਸਣ ਨਿਕਲਿਆ ਵਾ ਇਹ 33 ਇੰਚ ਨੂੰ 3 ਨਾਲ ਡਿਵਾਈਡ ਕੀਤਾ ਤੇ ਇਹ 11 ਇੰਚ ਆ ਗਿਆ ਠੀਕ ਆ ਆਸਣ ਆਪਣਾ 11 ਇੰਚ ਆ ਗਿਆ ਇਹ ਆਪਾਂ ਇਦਾਂ ਲਾਵਾਂਗੇ ਬਸ ਇਹਦੇ ਵਿੱਚੋਂ ਹੈਪ ਦਾ ਮੀਜ਼ਰਮੈਂਟ ਨਹੀਂ ਸਮਝ ਆਉਂਦਾ ਸੀ ਆ ਦੇਖ ਲਓ ਹੁਣ ਇਹਨੂੰ ਚੰਗੀ ਤਰ੍ਹਾਂ ਸਮਝ ਲਓ ਇਹ ਨੂੰ ਨਾ ਇਦਾਂ ਸਕਰੀਨਸ਼ਾਟ ਕਰਕੇ ਫਿਰ ਸਮਾਰ ਕੇ ਸਮਝਿਓ ਇਦਾਂ ਕਰਕੇ ਤੇ ਹੁਣ ਆਪਾਂ ਹੁਣ ਕਰਦੇ ਆ ਇਹਦੀ ਕਟਿੰਗ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਜਦੋਂ ਆਪਾਂ ਆਸਣ ਕੱਢਣਾ ਉਹ ਜਿਹੜੀ ਤਿਆਰ ਹੈਪਾ ਉਹ ਨੂੰ ਤਿੰਨ ਨਾਲ ਡਿਵਾਈਡ ਕਰਨਾ ਆ ਗੱਲ ਹੁਣ ਧਿਆਨ ਨਾਲ ਸਮਝਿਓ ਤੇ ਜਿਹੜੀ ਆਪਣਾ ਆਪਣੀ ਹੈਪਾਊਗੀ ਨਾ ਆਪਣੀ ਪੂਰੀ ਪੂਰੇ ਬਾਡੀ ਮੀਜ਼ਰਮੈਂਟ 33 ਇੰਚ ਹੈ ਇਹ ਨੂੰ ਤਿੰਨ ਨਾਲ ਡਿਵਾਈਡ ਕਰਨਾ ਇਹਦੇ ਵਿੱਚ 5 ਪਲੱਸ ਕਰਕੇ ਨਹੀਂ ਆਪਾਂ ਨੇ ਡਿਵਾਈਡ ਕਰਨਾ ਹੈਗਾ ਕੱਲੀ 33 ਇੰਚ ਜਿਹੜੀ ਆਪਣੀ ਪੂਰੀ ਤਿਆਰ ਹੈ ਆਪਾਂ ਉਹਨੂੰ 3 3 ਦੇ ਨਾਲ ਉਹਦਾ ਤੀਜਾ ਹਿੱਸਾ ਪਾਸਣ ਲਾਉਣਾ ਸਮਝ ਗਏ ਤੇ ਜਿਹੜੀ ਆਪਣੀ ਹੈਪ ਲਾਉਣੀ ਆ ਉਹਦੇ ਵਿੱਚ ਤਿਆਰ ਹੈਪ ਦੇ ਵਿੱਚ 5 ਇੰਚ ਪਲੱਸ ਕਰਕੇ ਜਿੰਨਾ ਹੋਊਗਾ ਉਹਨੂੰ ਉਹਦਾ ਚੌਥਾ ਹਿੱਸਾ ਲੈਣਾ ਠੀਕ ਆ ਤੇ ਜੇਕਰ ਇੰਨਾ ਚ ਸਮ ਸੁਮ ਜੇ ਵੀ ਕੱਢਣ ਦੀ ਕੋਈ ਜ਼ਰੂਰਤ ਨਹੀਂ ਨਹੀਂ ਇੰਚੀ ਟੇਪ ਤੇ ਹੀ ਕਰ ਲੈਣਾ ਆਪਾਂ ਨੇ ਦੇਖੋ ਇੰਚੀ ਟੇਪ ਨੂੰ ਹਾਫ ਕਰ ਲਿਆ ਕਰੋ ਜੇ ਆਪਾਂ ਚੌਥਾ ਹਿੱਸਾ ਕਰਨਾ ਹੋਵੇ ਠੀਕ ਆ ਮੰਨ ਲਓ ਵੀ ਜੇਕਰ ਇਹ ਸਮਝੇ ਕੱਢਣੇ ਆਂ ਕਈ ਵਾਰ ਇਦਾਂ ਹੁੰਦਾ ਵੀ ਲੈ ਇਹ ਤਾਂ ਸਵਾਲ ਹੀ ਖੜਾਉਣ ਲੱਗੀ ਤੇ ਹੁਣ ਇਦਾਂ ਦੇਖੋ ਵੀ ਮੰਨ ਲਓ ਵੀ ਹੁਣ ਆਪਣੀ ਇਹ 32 33 ਇੰਚ ਹੈਪ ਸੀ ਨਾ 33 ਇੰਚ ਹੈਪ ਇਹਦੇ ਵਿੱਚ ਆਪਾਂ ਹੁਣ 5 ਹੋਰ ਪਾ ਲੈਣਾ 1 2 3 4 5 38 ਇੰਚ ਹੋ ਗਿਆ 38 ਇੰਚ ਇੱਥੇ ਤੱਕ ਹੋ ਗਿਆ ਪੂਰਾ 38 ਇੰਚ ਲਾ ਲੈਣਾ ਠੀਕ ਆ ਹੁਣ ਆਪਾਂ ਇਹਦਾ ਹਾਫ ਕਰ ਲੈਣਾ ਇੰਚੀ ਟੇਪ ਦਾ ਹਾਫ ਇਹ ਹਾਫ ਹੋ ਜਾਊਗਾ ਫਿਰ ਇਹਨੂੰ ਜਦੋਂ ਆਪਾਂ ਇਦਾਂ ਕਮਾ ਕੇ ਦਾ ਚੌਥਾ ਹਿੱਸਾ ਕਰਾਂਗੇ ਇੰਚੀ ਟੇਪ ਤੋਂ ਹੀ ਕਰਕੇ ਕਰ ਲੈਣਾ ਆ ਦੇਖੋ ਜਦੋਂ ਚੌਥਾ ਹਿੱਸਾ ਕਰਾਂਗੇ 9.5 ਇੰਚ ਆ ਗਿਆ ਹਰੇ ਠੀਕ ਹੈ ਨਾ ਇਦਾਂ ਚਾਹੇ ਇੰਚੀ ਟੇਪ ਤੋਂ ਕਰ ਲਓ 9.5 ਇੰਚ ਤੇ ਉਹ ਮੈਂ ਚੰਗੀ ਤਰ੍ਹਾਂ ਇਦਾਂ ਤਾਂ ਸਮਝਾਇਆ ਵਾ ਵੀ ਇਹ ਕਦੇ ਵੀ ਇਦਾਂ ਕੱਢਣਾ ਵੇ ਇਦਾਂ ਨਿਕਲ ਜਾਂਦਾ ਚੌਥਾ ਹਿੱਸਾ ਠੀਕ ਹੈ ਤੇ ਆ ਦੇਖੋ ਹੁਣ ਇਧਰੋਂ ਤੁਸੀਂ ਦੇਖੋ 38 ਇੰਚ ਆ 38 ਇੰਚ ਨੂੰ ਡਬਲ ਕਰ ਲਿਆ ਆਹ ਵਾਲਾ ਆ ਗਿਆ ਆਹ ਵਾਲਾ 19 ਇੰਚ ਆ ਗਿਆ ਜਦੋਂ ਆਪਾਂ 19 ਇੰਚ ਦਾ ਫਿਰ ਚੌਥਾ ਹਿੱਸਾ ਦਾ ਕਰਿਆ 9.5 ਇੰਚ ਆਪਣੇ ਕੋਲੇ ਇਹ ਹੈ ਪੈ ਨਿਕਲਈ ਏਦਾਂ ਇੰਚ ਟੇਪ ਤੋਂ ਵੀ ਕਰ ਲੈਣਾ ਵਾ ਠੀਕ ਹੈ ਇਹ ਮੈਂ ਤਾਂ ਦੋਨੇ ਸਮਝਾਏ ਨੇ ਦੀਦੀ ਕਹਿੰਦੀ ਸੀ ਵੀ ਮੀਜ਼ਰਮੈਂਟ ਐਡ ਕਰਨ ਦੀ ਵੀ ਮੈਨੂੰ ਉਹਦੀ ਸਮਝ ਨਹੀਂ ਲੱਗੀ ਤੇ ਇਹ ਮੈਂ ਤਾਂ ਕਰਕੇ ਏਦਾਂ ਸਮਝਾਇਆ ਬਸ ਆਹ ਗੱਲ ਮੈਨੂੰ ਤਾਂ ਬਾਰ-ਬਾਰ ਇਹ ਗੱਲ ਕਹਿਣੀ ਪੈਂਦੀ ਵੀ ਭੁੱਲ ਨਾ ਜਾਇਓ ਤੇ ਜਦੋਂ ਆਸਣ ਕੱਢਣਾ ਉਦੋਂ ਹਿਪ ਚੋ ਹਿਪ ਨੂੰ ਤਿੰਨ ਨਾਲ ਡਿਵਾਈਡ ਕਰਨਾ ਤੀਜਾ ਹਿੱਸਾ ਲੈਣਾ ਮਤਲਬ ਕਿ ਠੀਕ ਹੈ ਤੇ ਆਪਾਂ ਇੰਨਾ ਵੀ ਡਿਵਾਈਡ ਸਮਾ ਦੇ ਵਿੱਚ ਅੱਕਰਚ ਵੀ ਨਹੀਂ ਪੈਣਾ ਹੈਗਾ ਤੇ ਫੇਰ ਆਪਾਂ ਤਿਆਰ ਹੈਪ ਦਾ ਤੀਜਾ ਹਿੱਸਾ ਲੈਣਾ ਆਸਣ ਲਾਉਣ ਨੂੰ ਤੇ ਜਦੋਂ ਆਪਾਂ ਨੇ ਹੈਪ ਕੱਢਣੀ ਆ ਇਦਾਂ ਲਾਉਣੀ ਆਪਾਂ ਹੁਣ ਜਦੋਂ ਵਹ ਇਹਦੇ ਤੇ ਲਾਵਾਂਗੇ ਨਾ ਬਈ ਇਦਾਂ ਹੈਪ ਤੇ ਇਹ ਵਾਲੀ ਹੈਪ ਲਾਉਣ ਲਈ ਆਪਾਂ ਤਿਆਰ ਹੈਪ ਦੇ ਵਿੱਚ 5 ਪਲੱਸ ਕਰਕੇ ਫੇਰ ਆਪਾਂ ਨੇ ਜਿੰਨੀ ਆਈ ਆ ਉਹਨੂੰ ਚੌਥਾ ਉਹਦਾ ਚੌਥਾ ਹਿੱਸਾ ਲੈ ਲੈਣਾ ਠੀਕ ਹੈ ਇਹ ਮੈਂ ਸਮਝ ਤਾਂ ਗਰੇ ਵੀ ਜੇ ਚੌਥਾ ਹਿੱਸਾ ਨਾ ਵੀ ਆਵੇ ਕਿਵੇਂ ਕਰਨਾ ਤਾਂ ਡਿਵਾਈਡ ਕਰਕੇ ਕਰ ਲਓ ਚੌਥਾ ਹਿੱਸਾ ਤੇ ਨਹੀਂ ਆਹ ਇੰਚ ਟੇਪ ਵਾਲਾ ਜਿਹੜਾ ਸਾਬ ਦੱਸਿਆ ਮੈਂ ਤੁਹਾਨੂੰ ਇਹਦਾ ਚੌਥਾ ਹਿੱਸਾ ਇਦਾਂ ਕਰ ਲੈਣਾ ਠੀਕ ਹੈ ਨਾ ਇਹ ਗੱਲ ਸਮਝ ਆ ਗਈ ਹੁਣ ਤੇ ਹੁਣ ਆ ਦੇਖੋ ਕੱਪੜਾ ਲੈ ਲਓ ਹੁਣ ਆਪਣਾ ਆ ਦੇਖੋ ਹੁਣ ਇਹ ਕੱਪੜੇ ਨੂੰ ਜਿਹੜੀਆਂ ਕੰਨੀਆਂ ਹੋਣਗੀਆਂ ਹਨ ਇਹਦੇ ਤੇ ਮੇਰਾ ਕਮੀਜ਼ ਦਾ ਨਾਪ ਲਾਇਆ ਹੈ ਉਹ ਵਿੱਚ ਕਰਤਾ ਆਪਾਂ ਨੇ ਤੇ ਆ ਦੇਖੋ ਆ ਕੰਨੀਆਂ ਨੇ ਆਹਾ ਹੋ ਗਈਆਂ ਆਪਣੀਆਂ ਇਧਰੋਂ ਕੰਨੀਆਂ ਜੋੜ ਲੈਣੀਆਂ ਨੇ ਆ ਦੇਖੋ ਇਦਾਂ ਕੱਪੜਾ ਪਿਆ ਨਾ ਆਪਣੇ ਕੋਲੇ ਆ ਕੰਨੀਆਂ ਨੇ ਦੋਨੇ ਕੰਨੀਆਂ ਜੋੜ ਲਓ ਇਹ ਦੋਨੇ ਕੰਨੀਆਂ ਜੋੜ ਕੇ ਇਹ ਕੰਨੀਆਂ ਨੂੰ ਆਪਣੀ ਸਾਈਡ ਕਰ ਲਓ ਇੱਧਰ ਆਪ ਦੇ ਇੱਧਰਲੀ ਸਾਈਡ ਆਪ ਦੇ ਕੰਨੀਆਂ ਇੱਥੋਂ ਬਿਲਕੁਲ ਕਾਣ ਕਰ ਦੋ ਇੱਥੋਂ ਕਪੜਾ ਬਿਲਕੁਲ ਸਿੱਧਾ ਕਰ ਲਓ ਠੀਕ ਆ ਇੱਧਰੋਂ ਹੁਣ ਆ ਫੋਲਡ ਸਾਈਡ ਆ ਗਈ ਬੰਦ ਠੀਕ ਆ ਇੱਧਰ ਆਪਾਂ ਦੋਨੇ ਕੰਨੀਆਂ ਜੋੜ ਦਿਆਂ ਇਹ ਜਦੋਂ ਪਲਾਜ਼ੋ ਦੀ ਕਟਿੰਗ ਕਰਨੀ ਆਪਨੇ ਇਦਾਂ ਹੀ ਕਰਨੀ ਆ ਦੇਖੋ ਠੀਕ ਆ ਇਦਾਂ ਇਹਨੂੰ ਬਿਲਕੁਲ ਸਿੱਧਾ ਕਰ ਲਿਆ ਦੇਖੋ ਹੁਣ ਧਿਆਨ ਨਾਲ ਕੰਨੀਆਂ ਜੋੜ ਕੇ ਆਪਦੇ ਸਾਈਡ ਇੱਧਰਲੀ ਸਾਈਡ ਕਰ ਲਈਆਂ ਪਰਲੀ ਪਾਸੇ ਆਪਾਂ ਨੇ ਫੋਲਡ ਸਾਈਡ ਕਰਤੀ ਇਦਾਂ ਰੱਖ ਲੈਣਾ ਤੇ ਇਹ ਮੈਂ ਪਹਿਲਾਂ ਤੁਹਾਨੂੰ ਇਹ ਸੌਖਾ ਤਰੀਕਾ ਸਮਝਾਉਣ ਲਈ ਇਹ ਦੱਸੂਗੀ ਫਿਰ ਮੈਂ ਇੱਕ ਦਿਨ ਤੁਹਾਨੂੰ ਇੱਕ ਹੋਰ ਜਲਦੀ ਕੱਟਣ ਦਾ ਤਰੀਕਾ ਵੀ ਦੱਸੂ ਚਾਰੇ ਲੜ ਇਕੱਠੇ ਕਰ ਰੱਖ ਕੇ ਆਪਾਂ ਨੇ ਉਹ ਤੇ ਨਾਪ ਲਾ ਕੇ ਉਹ ਕਿਵੇਂ ਕਰਨਾ ਉਹ ਮੈਂ ਫਿਰ ਕਿਸੇ ਹੋਰ ਵੀਡੀਓ 'ਚ ਦੱਸੂਗੀ ਪਹਿਲਾਂ ਮੈਂ ਤੁਹਾਨੂੰ ਆਹ ਦੱਸ ਦਿਆਂ ਠੀਕ ਆ ਹੁਣ ਆਪਾਂ ਨੇ ਇਦਾਂ ਕਰਕੇ ਫੋਲਡ ਕਰਕੇ ਕੱਪੜਾ ਇਧਰ ਦੋਨੇ ਕੰਨੀਆਂ ਜੋੜ ਕੇ ਆਹ ਕੱਪੜਾ ਦੂਰਾ ਰੱਖ ਲਿਆ ਇਧਰ ਨੂੰ ਠੀਕ ਆ ਬਿਲਕੁਲ ਸਹੀ ਰੱਖਣਾ ਕਾਣ ਕੋਣ ਬਿਲਕੁਲ ਕੱਢ ਕੇ ਇਥੋਂ ਸਿੱਧਾ ਕਰ ਲੈਣਾ ਠੀਕ ਹੈ ਇਹ ਕੱਪੜਾ ਆਪਣੇ ਕੋਲ ਹੁਣ ਫੋਲਡ ਪਿਆ ਇਦਾਂ ਤੁਸੀਂ ਵੀ ਰੱਖ ਲਓ ਮੇਰੇ ਨਾਲ ਨਾਲ ਠੀਕ ਆ ਆਹ ਕੱਪੜਾ ਰੱਖ ਲਿਆ ਹੁਣ ਜਿਹੜੀ ਆਪਾਂ ਨੇ ਹੈਪ ਕੱਢੀ ਆ ਇੰਨਾ ਟਾਈਮ ਲਾ ਕੇ ਆਪਾਂ ਹੈਪ ਦੇ ਬਾਰੇ ਸਮਝਿਆ ਤੇ ਹੁਣ ਉਹ ਵਾਲੀ ਹੈਪ ਇਹਦੇ ਲਈ ਆਹ ਕੱਢਣ ਦੇ ਲਈ ਆਪਾਂ ਨੇ ਸਮਝਿਆ ਵਾ ਤੇ ਆਹ ਦੇਖੋ ਜਿਹੜੀ ਆਪਾਂ ਹੁਣ ਤਿਆਰ ਹੈਪ ਚ 5 ਇੰਚ ਪਲੱਸ ਕਰਕੇ ਠੀਕ ਆ ਜਿੰਨੀ ਆਈ ਉਹਨੂੰ ਉਹਦਾ ਚੌਥਾ ਹਿੱਸਾ ਲੈ ਲਿਆ 9.5 9.5 ਠੀਕ ਆ ਉਹ ਹੁਣ ਜਿਹੜੀ ਆਪਾਂ ਨੇ ਇੱਥੋਂ ਆ ਹੁਣ ਹਿੱਪ ਲਾਉਣੀ ਆ ਇਹ ਵਾਲੀ ਹਿੱਪ ਹੁਣੇ ਚੌਥਾ ਹਿੱਸਾ ਤਿਆਰ ਹੈ 5 ਪਲੱਸ ਕਰਕੇ ਚੌਥਾ ਹਿੱਸਾ ਲੈ ਕੇ ਇੱਥੋਂ ਤੇ ਮਣਕੇ ਆਪਾਂ ਨੇ ਹੁਣ ਆਪਦੀ ਹਿੱਪ ਲਾ ਲੈਣੀ ਆ ਪਹਿਲਾਂ ਆ ਦੇਖੋ ਇਹ ਇਦਾਂ ਇੱਥੋਂ ਤੇ ਸ਼ੁਰੂ ਤੋਂ ਲੈ ਕੇ ਇਦਾਂ ਕੰਨੀਆਂ ਦੋਨੇ ਬਰਾਬਰ ਕਰਕੇ ਆ ਜੋੜੀਆਂ ਹੋਈਆਂ ਨੇ ਆਪਣੀਆਂ ਕੰਨੀਆਂ ਇਦਾਂ ਪਈਆਂ ਨੇ ਨਾ ਇਦਾਂ ਰੱਖ ਕੇ ਆਪਾਂ ਨੇ ਇਦਾਂਸ ਬਿਲਕੁਲ ਬਲ ਬਲ ਕੱਢ ਕੇ ਸੈੱਟ ਕਰਕੇ ਇੱਥੋਂ ਤੇ ਰੱਖ ਕੇ ਇਦਾਂ 9.5 ਦੇ ਉੱਤੇ ਆਪਾਂ ਦੇਖੋ ਇੱਥੋਂ 9.5 ਦੇ ਉੱਤੇ ਆਪਾਂ ਹਿੱਪ ਲਾਉਣੀ ਆ ਆ ਦੇਖੋ ਇੱਥੋਂ ਤੇ ਰੱਖ ਲਿਆ ਹੁਣ ਆਪਾਂ ਨੇ ਇਦਾਂ ਪੂਰਾ ਮਣ ਕੇ 9.5 ਦੇ ਉੱਤੇ ਆਹ ਦੇਖੋ 9 ਹੋ ਗਿਆ ਆ 9.5 ਹੋ ਗਿਆ 9.5 ਦੇ ਉੱਤੇ ਆਪਾਂ ਨਿਸ਼ਾਨੀ ਲਾਤੀ ਆ ਠੀਕ ਆ ਹੁਣ ਆਪਾਂ ਨੇ ਇੱਥੋਂ ਤੇ ਆ ਦੇਖੋ ਮੇਰੇ ਨਾਲ ਤੁਸੀਂ ਹੈਪ ਦੀ ਨਿਸ਼ਾਨੀ ਲਾਤੀ ਨਾ ਇਹਦਾ ਚੌਥਾ ਹਿੱਸਾ ਲਾਇਆ ਆਪਾਂ ਨੇ ਹੁਣ ਹੈਪ ਦਾ ਅੱਜ ਵੀਡੀਓ ਕਿਸਮੈਲੀ ਜੀ ਆਈ ਜਾਂਦੀ ਹੈ ਵਿਚਰੀ ਤੇ ਆ ਦੇਖੋ ਹੁਣ ਇੱਥੋਂ ਆ ਇੰਨਾ ਕਪੜਾ ਆਪਾਂ ਜਿੰਨੀ ਲੰਬਾਈ ਰੱਖਣੀ ਹੈ ਨਾ ਬਲਾਊਜ਼ ਦੀ ਉੱਥੇ ਤੱਕ ਆਪਾਂ ਨੇ ਆਪਦਾ ਕਪੜਾ ਬਿਲਕੁਲ ਆ ਸਿੱਧਾ ਜਿਆ ਕਰਕੇ ਰੱਖ ਲੈਣਾ ਬਾਲ ਬੂਲ ਕੱਢ ਕੇ ਬਿਲਕੁਲ ਆ ਦੇਖੋ ਇੱਧਰ ਰੱਖ ਲਿਆ ਹੈਪ ਲਾ ਲਈਆ ਹੁਣ ਆਪਾਂ ਨੇ ਕੀ ਕਰਨਾ 2 ਇੰਚ ਦੀ ਆ ਨਿਸ਼ਾਨੀ ਲਾ ਦੇਣੀ ਆ ਇਥੋਂ ਤੇ ਲਾ ਕੇ 2 ਇੰਚ ਦੀ ਇਹ ਆਪਾਂ ਲਾਸਟਿਕ ਪਾਉਣਾ ਜੇ ਚੌੜਾ ਲਾਸਟਿਕ ਪਾਉਣਾ ਹਨਾ 1.5 ਅੱਧਾ ਕੇ ਵਿੱਚ ਆ ਕੇ ਵਿੱਚ ਫੇਰ ਵੀ ਚਾਹੇ 1.5 ਇੰਚ ਰੱਖ ਲੋ ਚਾਹੇ 2 ਇੰਚ ਆਸਣ ਰੱਖ ਲੋ ਠੀਕ ਆ ਹਾ ਦੇਖੋ ਲਾਦੇ ਨੇ 2 ਇੰਚ ਦੇ ਉੱਤੇ ਆਸਣ ਦੀ ਆਹ ਨੇਫੇ ਦੀ ਸੌਰੀ ਕਈ ਵਾਰ ਮੈਂ ਤੋਂ ਗਲਤ ਭੁੱਲਿਆ ਜਾਂਦਾ ਹਾ 2 ਇੰਚ ਆਪਾਂ ਨੇ ਇੱਥੇ ਨੇਫਾ ਮੋੜਾਂਗੇ ਇਹ ਇੰਨਾ ਠੀਕ ਹੈ ਇਹਦਾ ਵਿੱਚ ਮੋੜ ਜਾਣਾ ਹੁਣ ਆਪਾਂ ਨੇ ਇਹ ਨੇਫੇ ਦਾ ਛੱਡਣ ਤੋਂ ਬਾਅਦ ਇੱਥੋਂ ਛੱਡ ਕੇ ਇਸ ਤੋਂ ਅੱਗੇ ਆਪਾਂ ਆਵਦੀ ਤਿਆਰ ਲੰਬਾਈ ਜਿਹੜੀ 30 ਇੰਚ ਆਈ ਆ ਹੁਣ ਉਹ ਲਾਉਣ ਲਾਉਣੀ ਆਪਾਂ ਨੇ ਦੇਖੋ ਨੇਫੇ ਦਾ 2 ਇੰਚ ਲਾਤਾ ਇਸ ਤੋਂ ਅੱਗੇ ਆਪਾਂ ਨੇਫੇ ਦਾ ਛੱਡ ਕੇ ਜਿੰਨੀ ਤਿਆਰ ਲੰਬਾਈ ਆ 30 ਇੰਚ ਉਹ ਲਾਤੀ 2 ਇੰਚ ਆਪਾਂ ਨੇ ਮੂਰੀ ਮੋੜਨੀ ਆ ਜੇਕਰ ਪੈਂਟ ਪਲਾਸ ਉਹ ਮੋੜਨਾ ਹੁੰਦਾ ਬਣਾਉਣਾ ਹੁੰਦਾ ਨਾ ਉਹਦੀ ਆਪਾਂ ਚੌੜੀ ਮੂਰੀ ਮੋੜਦੇ ਆ ਉਹਦੀ 3 ਇੰਚ ਲਾ ਲਿਆ ਕਰੋ ਮੂਰੀ ਹੈ ਨਾ ਜਿਹੜੀ ਪਾ ਮੋੜਨੀ ਆ ਉਹ ਥੋੜੀ ਚੌੜੀ ਮੂਰੀ ਮੋੜੀ ਹੋਈ ਵਧੀਆ ਲੱਗਦੀ ਆ ਜੇ ਆਪਾਂ ਥੋੜੀ ਜਿਹੀ ਮੈਨੂੰ 10 ਇੰਚੇ ਦੀ ਮੂਰੀ ਆ 9 ਇੰਚ ਮੂਰੀ ਆ ਇਹ ਆਪਾਂ ਬਰੀਕ ਬਰੀਕ ਮੋੜਾਂਗੇ ਮਤਲਬ ਬਰੀਕ ਵੀ ਨਹੀਂ ਜਾਨੀ ਕਿ 2 ਇੰਚ ਇੰਚਕ ਦੀ ਮੋੜ ਦਾਂਗੇ ਵਿੱਚ ਥੋੜਾ ਜਿਹਾ ਵਿਚ ਆਜੂ ਕਪੜਾ ਨਾ 2 ਇੰਚ ਰੱਖ ਲਓ ਇਹਦੀ ਚਾਹੇ 1.5 ਇੰਚ ਰੱਖ ਲਓ ਬਰੀਕ ਥੋੜਾ ਜਿਹਾ ਕੱਟੀ ਮੋੜਿਆ ਵਧੀਆ ਲੱਗਦਾ ਇੰਚਕ ਦੀ ਮੂਰੀ ਮੋੜੀ ਹੋਈ ਵਧੀਆ ਲੱਗਦੀ ਆ ਤੇ ਜਿਹੜੀ ਆਪਾਂ ਨੇ ਪੈਂਟ ਬਲਾਜ਼ ਬਣਾਉਣਾ ਹੁੰਦਾ ਉਹਦੀ ਆਪਾਂ ਚੌੜੀ 3 ਇੰਚ 2.5 3 ਇੰਚ ਆਪਾਂ ਮੂਰੀ ਮੋੜ ਇਹ ਬਾਕੀ ਜਿਨ੍ਹਾਂ ਥੋੜਾ ਦਿਲ ਕਰਦਾ ਵਿੱਚ ਕਿੰਨੀ ਕੁ ਮੋੜ ਮੋਰੀ ਰੱਖਣੀ ਆਪਾਂ نیچے 모ੜਨ ਵਾਸਤੇ ਉਹ ਰੱਖ ਸਕਦੇ ਤੁਸੀਂ ਡੇਢ ਦੇ 2 ਇੰਚ ਜਿੰਨੀ ਚੌੜੀ ਰੱਖਣੀ ਆ ਉਹ ਹਿਸਾਬ ਨਾਲ ਠੀਕ ਆ ਤੇ ਇਹ ਡੇਢ ਇੰਚ ਵੀ ਵਾਧੂ ਆ ਵੈਸੇ ਮੈਂ 2 ਇੰਚ ਆਪਾਂ ਨੇ ਇਹਦਾ ਲਾ ਲਿਆ ਆ ਜਿਹੜੀ ਆਪਾਂ ਲੇੜ 모ੜਨਾ ਵਿੱਚ ਠੀਕ ਆ ਨਾ ਆ ਲੈ 32 ਇੰਚে ਆ ਇਦਾਂ ਨਿਸ਼ਾਨੀ ਲਾਤੀ ਤੇ ਹੁਣ ਆਪਾਂ ਨੇ ਇਹ ਲਾਈਨਾਂ ਨੂੰ ਨਾ ਇਦਾਂ ਕਰਕੇ ਇੱਥੇ ਤੱਕ ਇਦਾਂ ਖਿੱਚ ਦੇਣਾ ਆ ਦੇਖੋ ਇਦਾਂ ਪਹਿ ਲਾਈਨਾਂ ਨੂੰ ਹੁਣ ਇਦਾਂ ਇਦਾਂ ਲਾਤਾ ਕਿਉਂਕਿ ਆਪਾਂ ਨੂੰ ਇਧਰੋਂ ਵੀ ਪਤਾ ਲੱਗੂ ਨਹੀਂ ਨੇਫਾ ਆ ਹੋ ਗਿਆ 2 ਇੰਚ ਨੇਫਾ ਫੇਰ ਹੋ ਗਈ ਆਪਣੀ ਤਿਆਰ ਲੰਬਾਈ ਇੱਥੇ ਤੱਕ ਫੇਰ ਆ ਜਿੰਨਾਂ ਆਪਾਂ ਲੇੜ ਮੋੜਨਾ ਮੂਰੀ ਦਾ ਉਹ ਲਾ ਲਿਆ ਠੀਕ ਆ ਇਹ ਆਪਾਂ ਕਿੰਨੀ ਕੁ ਲਾਈਨ ਖਿੱਚਣੀ ਹੈ ਮਤਲਬ ਕਿ ਜੇ ਆਪਾਂ 9 ਇੰਚ ਮੂਰੀ ਰੱਖਣੀ ਆ ਇਹ ਤਾਂ ਬਸ ਇਹਨਾਂ 10 ਇੰਚ ਤੱਕ ਖਿੱਚ ਲੋ ਠੀਕ ਆ ਇਹ ਆਪਾਂ ਕਟਿੰਗ ਤਾਂ ਆਪਾਂ ਜਿਹੜੀ ਨਿਸ਼ਾਨੀ ਲਾਵਾਂਗੇ ਮੂਰੀ ਮੰਨ ਕੇ ਫੇਰ ਕਟਿੰਗ ਤਾਂ ਆਪਾਂ ਉੱਥੋਂ ਕਰਾਂਗੇ 10 11 ਇੰਚ ਦੀ ਲਾਈਨ ਆ ਆ ਖਿੱਚ ਲੋ ਮੂਰੀ ਵਾਲੀਆਂ ਠੀਕ ਹੈ ਨਾ ਖਿੱਚ ਲਿਆ ਦੇਖੋ ਹੇ ਦਲਾਲਿਆ ਹੁਣ ਆਪਾਂ ਨੇ ਹੁਣ ਆਪਾਂ ਨੇ ਜਿਹੜੀ ਜਿਹੜਾ ਆਸਣ ਲਾਉਣਾ ਨੇਫੇ ਦਾ ਆਪਾਂ ਮੈਨਣਾ ਨਹੀਂ ਹੈਗਾ ਵਿੱਚ ਠੀਕ ਹੈ ਨਾ ਲੰਬਾਈ 'ਚ ਮੈਨਣਾ ਨਾ ਪਏ ਇਹਦੇ 'ਚ ਆਸਣ 'ਚ ਮੈਨਣਾ ਇਹ ਤਾਂ ਆਪਣਾ ਇਦਾਂ ਪਾ ਕੇ ਨਾ ਇਹਦੇ 'ਚ ਹਾਂ ਲਾਸਟਿਕ ਪਾ ਕੇ ਇਦਾਂ ਮੋੜ ਜਾਣਾ ਇਹਨੇ ਠੀਕ ਹੈ ਤੇ ਹੁਣ ਆਪਾਂ ਨੇ ਇੱਥੋਂ ਆਪਣਾ ਹੈਗਾ ਵਾ ਆਸਣ 11 ਇੰਚ ਰੱਖਣਾ ਆਪਾਂ ਨੇ ਠੀਕ ਹੈ ਇਹ 11 ਇੰਚ ਰੱਖਣਾ ਫਿਰ ਆਪਾਂ ਨੇ ਬੈਕ ਵਾਲਾ 1.5 ਇੰਚ ਆਪਾਂ ਨੇ ਬੈਕ ਵਾਲਾ ਜ਼ਿਆਦਾ ਰੱਖਾਂਗੇ ਨਾ 1.5 ਇੰਚ ਵੱਡਾ ਪੱਲਾ ਕਟਾਂਗੇ ਤੇ ਇਸ ਲਈ ਇਹ ਆਪਾਂ ਹੁਣ ਬੈਕ ਦਾ ਪੱਲਾ ਵੀ ਇੰਚਕ ਵੱਧ ਜਾਊਗਾ ਤੇ ਅੱਧੇ ਕੈਂਚ ਦੀ ਆਪਣੀ ਆਹ ਦੀ ਝੋਲੀ ਚ ਸੀਨ ਲਾਉਣੀ ਹੈ ਇਹ ਬਣ ਜੂਗੀ ਠੀਕ ਆ ਇਹ 10 1.5 ਦਾ 10 ਇੰਚ ਲਾਉ ਹੁਣ ਆਹ ਨੇਫੇ ਦਾ ਛੱਡ ਕੇ ਹਵਾ 1.5 ਦੇ ਉੱਤੇ ਆਪਾਂ ਨੇ ਲਾ ਲੈਣਾ ਆਸਣ ਆਸਣ ਦੀ ਨਿਸ਼ਾਨੀ ਲਾ ਲੈਣੀ ਹੈ ਦਾ 1.5 ਦੇ ਉੱਤੇ ਠੀਕ ਆ 11 ਇੰਚ ਆਪਾਂ ਆਸਣ ਰੱਖਣਾ ਤਿਆਰ ਆਪਾਂ 1.5 ਤੇ ਲਾ ਲੈਣੀ ਹੈ ਕਿਉਂਕਿ ਬੈਗ ਦਾ ਪੱਲਾ ਜਿਹੜਾ ਵੱਡਾ ਹੋ ਉਹ ਵਿੱਚ ਰਲੂਗਾ ਆਪਣੇ ਠੀਕ ਆ ਤੇ ਇਹ ਨੂੰ ਆਪਾਂ ਹੁਣ ਲਾਈਨ ਸਿੱਧੀ ਨਹੀਂ ਕਰਨੀ ਕਿਉਂਕਿ ਆਪਣਾ ਹੁਣ ਜਿੰਨਾ ਆਹ ਵਾਲੀ ਹੁਣ ਆਪਾਂ 9.5 ਦੀ ਨਿਸ਼ਾਨੀ ਲਾਈ ਹੋਈ ਆ ਠੀਕ ਆ ਇਹ ਹੁਣ ਆਪਾਂ ਇੱਥੋਂ ਵੀ ਮਣ ਕੇ 9.5 ਦੀ ਸੇਧ ਦੇ ਵਿੱਚ ਆਪਾਂ ਨੇ ਉੱਪਰੋਂ ਲਾਈਨ ਆਹ ਡਰਾ ਕਰਾਂਗੇ ਆ ਦੇਖੋ ਸਮਝ ਆ ਗਈ ਨਾ ਇੱਥੋਂ ਆਪਾਂ ਇਹ ਪਾ 9.5 ਲਾਈ ਆ ਇੱਥੋਂ ਵੀ ਆਪਾਂ ਨੇ ਆ 9.5 ਦੀ ਸੇਧ ਦੇ ਵਿੱਚ ਆਹ ਲਾਈਨ ਆਪਾਂ ਨੇ ਆਪਦੀ ਆਸਣ ਵਾਲੀ ਡਰਾ ਕਰਤੀ ਆ ਸ ਇੱਥੋਂ ਲੈ ਕੇ ਨਿਫੇ ਦਾ ਛੱਡ ਕੇ 10.5 ਦੇ ਉੱਤੇ ਆਪਾਂ ਆਸਣ ਲਾਤਾ ਆਪਦਾ ਤੇ ਹੁਣ ਆਪਾਂ ਨੇ ਇੱਥੋਂ ਕਨਾਂ ਇਦਾਂ ਮੈਨ ਲੈਣਾ ਇਦਾਂ ਇੱਥੋਂ ਤੇ ਰੱਖ ਕੇ ਆਹਾ ਜੇ ਆਪਾਂ ਭਾਰੀ ਨਾਲ ਪਸੇਉਨੇ ਆ ਫੇਰ ਤਾਂ ਇਹ 2 2.5 ਇੰਚ ਵੀ ਆਪਾਂ ਜਿਆਦਾ ਜਿਉ ਪੱਟ ਭਾਰੀ ਹੁੰਦੇ ਨੇ ਨਾ ਤੇ ਫੇਰ ਆਪਾਂ ਇੱਥੋਂ ਆਹ ਚੀਜ਼ ਜਿਹੜੀ ਇੱਧਰ ਨੂੰ ਖਿੱਚਣੀ ਆ ਇਹ ਆਪਾਂ 2 2.5 ਇੰਚ ਦੀ ਵੀ ਖਿੱਚ ਸਕਦੇ ਆ ਤੇ ਇੱਥੋਂ ਮੈਨ ਲੋ ਜਿੰਨੇ ਪੱਟ ਇੱਥੋਂ ਫੇਰ ਪੱਟ ਲਾਉਣੇ ਆ ਆਪਾਂ ਨੇ ਇਦਾਂ ਲਾ ਲੈਣਾ ਇਹ 9.5 ਦੀ ਆਪਣੀ ਇਹ ਪਿਆ ਨਿਸ਼ਾਨੀ ਇਹਦੀ ਸੇਚ ਚ ਲੱਗੀ ਹੋਈ ਆ ਆ ਦੇਖੋ ਇਹਦੀ ਸੇਚ ਚ 9.5 ਇੱਥੇ ਆ ਤੇ ਹੁਣ ਆਪਾਂ ਇਹਦੇ ਤੋਂ ਇਹ ਬੱਚੀ ਆ ਪਤਲੀ ਜਹੀ ਤੇ ਪੱਟ ਵੀ ਇਹਦੇ 10 ਕੈਂਚੀ ਨੇ ਤੇ ਆ ਦੇਖੋ ਫਿਰ ਆਪਾਂ ਇੰਨੀ ਕੇ 1.5 ਕੈਂਚ ਦੀ ਇਧਰ ਨੂੰ ਆ ਲਾਈਨ ਇਹਦੇ ਤੋਂ ਇਧਰ ਨੂੰ 1.5 ਕੈਂਚ ਦੀ ਲਾਈਨ ਖਿੱਚ ਦਰਤੀ ਠੀਕ ਆ ਜਦੋਂ ਆਪਾਂ ਭਾਰੀ ਨਾਪ ਚ ਪੱਟ ਭਾਰੇ ਹੁਣ ਹੈਨਾ ਤੇ ਉਹਦੇ ਵਿੱਚ ਫਿਰ ਆਪਾਂ ਨੇ ਇਦਾਂ ਕਰਕੇ ਜਿੰਨੇ ਪੱਟ ਨੇ ਇੱਥੋਂ ਤੇ ਮੈਣ ਲੈਣਾ ਇਦਾਂ ਰੱਖ ਕੇ ਜਿੰਨੇ ਪੱਟ ਨੇ ਉਹ ਉਸ ਹਿਸਾਬ ਨਾਲ ਲਾ ਲੈਣਾ ਜੇ ਹੁਣ 28 ਇੰਚ ਪੱਟਾ ਤਾਂ ਇਦਾਂ ਕਰਕੇ 14 ਤੇ 15 ਤੇ ਉਹਦੇ ਫਿਰ ਆ ਹੈਪ ਵੀ ਜ਼ਿਆਦਾ ਹੋਊਗੀ ਨਾ ਉਦਾਂ ਉਸ ਹਿਸਾਬ ਨਾਲ ਇਹ 2 2.5 ਇੰਚ ਵੀ ਚਲੀ ਜਾਂਦੀ ਹੈ ਇਧਰ ਨੂੰ ਆ ਲਾਈਨ ਠੀਕ ਆ ਤੇ ਨਾਲੇ ਮੈਂ ਤੁਹਾਨੂੰ ਇਹਦੇ ਵਿੱਚ ਇਹ ਦੱਸੂਗੀ ਵੀ ਜਿਹੜੀ ਪਲਾਜ਼ੋ ਆਪਾਂ ਜੋ ਪਾਉਨੇ ਆ ਤਾਂ ਹਾਂ ਇੱਥੋਂ ਤਾਂ ਹਜੇ ਨੂੰ ਕਿਉਂ ਖਿੱਚਿਆ ਜਾਂਦਾ ਹੁੰਦਾ ਤੁਹਾਨੂੰ ਮੈਂ ਇਹਦੇ ਬਾਰੇ ਹੁਣ ਇੱਥੋਂ ਇਹ ਗੱਲ ਦੀ ਬਾਰੇ ਦੱਸੂਗੀ ਠੀਕ ਆ ਤੇ ਹੁਣ ਆਪਾਂ ਇੱਥੋਂ ਲਾ ਕੇ ਇਹ ਬੱਚੀ ਦਾ ਪਲਾਜ਼ੋ ਆ ਆਪਾਂ 9.5 ਤੋਂ 1.5 ਇੰਚ ਜ਼ਿਆਦਾ ਰੱਖਾਂਗੇ ਆਪਾਂ 11 ਕੈਂਚ ਦੇ ਉੱਤੇ ਆਹ 11 ਕੈਂਚ ਦੇ ਉੱਤੇ ਇਧਰ 1.5 ਇੰਚ ਜ਼ਿਆਦਾ ਆਪਾਂ ਨੇ ਆਹ ਲਾਈਨ ਡਰਾ ਕਰਤੀ ਇਧਰ ਨੂੰ ਸਮਝ ਗਏ ਦੇਖੋ ਹੁਣ ਜਿਹੜਾ ਆਪਾਂ ਨੇ ਆਹ ਵਾਲੀ ਪੌਣੀ ਦੇ ਕਰੋਚ ਦਾ ਨਿਸ਼ਾਨ ਹੁੰਦਾ ਤੇ ਜਦੋਂ ਪਲਾਜੋ ਇੱਥੋਂ ਆ ਇੱਥੋਂ ਆਪਣੀ ਲੱਤ ਜੀ ਵਿੱਚ ਨੂੰ ਤਾਹਾਂ ਨੂੰ ਕਿਉਂ ਖਿੱਚੀ ਜਾਂਦੀ ਹੈ ਠੀਕ ਆ ਇਹ ਮੈਂ ਤੁਹਾਨੂੰ ਦੱਸਦੀ ਆ ਤੇ ਬਿਲਕੁਲ ਕਦੇ ਝੋਲੀ ਨਹੀਂ ਪਾਟੂਗੀ ਮੈਂ ਪਜਾਮਿਆਂ ਦਾ ਹੀ ਮੇਰਾ ਕੰਮ ਹੈ ਪਜਾਮੇ ਬਹੁਤ ਜ਼ਿਆਦੇ ਸਿਓਂ-ਸਿਓਂ ਕੇ ਦਿੱਤੇ ਨੇ ਕਿਸੇ ਦੀ ਝੋਲੀ ਨਹੀਂ ਪਾੜਦੀ ਕਿਸੇ 'ਚ ਮੈਨੂੰ ਮਿਆਨੀ ਨਹੀਂ ਪਾਉਣੀ ਪੈਂਦੀ ਕਿਸੇ ਦਾ ਇੱਥੋਂ ਲੱਤਾਂ ਤੋਂ ਤਾਹਾਂ ਨੂੰ ਨਹੀਂ ਪਲਾ ਦੋ ਚੜਦਾ ਹੈਗਾ ਠੀਕ ਹੈ ਤੇ ਹੁਣ ਇਹ ਆਹ ਵਾਲੀ ਚੀਜ਼ ਹੈ ਨਾ ਜਿਹੜੀ ਆਪਾਂ ਕ੍ਰੋਚ ਦਾ ਨਿਸ਼ਾਨ ਪਾਉਣਾ ਇਹ ਨੂੰ ਆਪਾਂ ਐਂ ਕਰਕੇ ਨਾ ਐਂ ਕਰਕੇ ਐਵੇਂ ਕਰਕੇ ਨਹੀਂ ਪਾਉਣਾ ਹੈਗਾ ਇਹ ਗੱਲ ਨੂੰ ਯਾਦ ਰੱਖਣਾ ਤੁਸੀਂ ਇਦਾਂ ਨਹੀਂ ਲਾਉਣੀ ਹੈਗੀ ਨਿਸ਼ਾਨੀ ਇਹ ਤਾਂ ਬਸ ਆਪਾਂ ਨੇ ਇਦਾਂ ਲਿਆ ਕੇ ਇੱਥੋਂ ਤਾਂ ਨਾ ਬਸ ਇਦਾਂ ਹੀ ਪਤਾ ਲੱਗੇ ਵੀ ਆ ਆਸਣ ਵਾ ਆਹ ਲੱਤ ਥੋੜਾ ਜਿਹਾ ਇਦਾਂ ਪਤਾ ਲੱਗ ਜੇ ਬਸ ਇਹ ਆਪਾਂ ਨੇ ਇਦਾਂ ਕਰਕੇ ਨਾ ਸਿੱਧਾ ਜਿਹਾ ਹੀ ਲਾਉਣਾ ਇਦਾਂ ਮੈਂ ਤੁਹਾਨੂੰ ਸਮਾਰ ਕੇ ਨਿਸ਼ਾਨੀ ਲਾ ਕੇ ਦੱਸਦੀ ਆ ਆਹ ਦੇਖੋ ਇਦਾਂ ਬਸ ਆਹ ਮਾੜਾ ਜਿਹਾ ਤਿਕੋਣ ਜਿਹਾ ਹੋ ਜੇ ਬਸ ਇਧਰੋਂ ਆਪਾਂ ਲੱਤਾਂ ਲਈ ਨਿਸ਼ਾਨ ਲੱਗ ਜਾਊਗਾ ਇੱਥੋਂ ਵੀ ਆ ਆਸਣ ਆਪਣੇ ਜੋੜ ਜਾਣ ਠੀਕ ਆ ਆਸਣ ਜੋੜਾਂਗੇ ਜਦੋਂ ਪਤਾ ਲੱਗੇ ਵੀ ਆਸਣਾਂ ਦੀਆਂ ਨੇ ਇਹ ਦੋਨੇ ਆਹ ਦੇਖੋ ਕਿਦਾਂ ਇਹ ਸਿੱਧੀ ਜਿਹੀ ਇਦਾਂ ਲਾਤੀ ਆ ਕਿ ਇਦਾਂ ਆਪਾਂ ਡੂੰਗਾ ਜਾਂ ਕਰੋਚ ਮਾਰਦੇ ਆਪਾਂ ਉਹਦੇ ਨਾਲ ਫਿਰ ਆਪਣਾ ਇੱਥੋਂ ਪਲਾਜੋ ਤਾਂਹਾਂ ਨੂੰ ਚੜਨ ਲੱਗ ਜਾਂਦਾ ਤੇ ਜਦੋਂ ਆਪਾਂ ਝੋਲੀ ਦੀ ਸੀਨ ਲਾਉਣੀ ਆ ਇਹ ਝੋਲੀ ਦੀ ਸੀਨ ਲਾਉਣ ਵੇਲੇ ਅੱਧਾ ਕਿ ਇੰਚ ਹੀ ਝੋਲੀ ਦੇ ਵਿੱਚ ਕੱਪੜਾ ਹੋਣਾ ਚਾਹੀਦਾ ਆਪਾਂ ਜ਼ਿਆਦਾ ਨਹੀਂ ਕੱਪੜਾ ਝੋਲੀ ਦੇ ਵਿੱਚ ਰੱਖਣਾ ਹੈ ਜਦੋਂ ਆਪਾਂ ਸੀਨ ਲਾਉਣੀ ਆ ਠੀਕ ਆ ਅੱਧਾ ਕਿ ਇੰਚ ਹੀ ਆਪਾਂ ਨੇ ਜਦੋਂ ਸੀਨ ਲਾਉਣੀ ਆ ਅੱਧਾ ਇੰਚ ਹੀ ਰੱਖਣਾ ਝੋਲੀ 'ਚ ਤੇ ਸਮਝੇਗੀ ਨਾ ਆ ਕ੍ਰੋਚ ਦਾ ਆਪਾਂ ਨੇ ਇਦਾਂ ਕਰਕੇ ਡੂੰਗਾ ਜੈ ਨਹੀਂ ਲਾਉਣਾ ਇਹ ਆਪਾਂ ਨੇ ਇਦਾਂ ਕਰਕੇ ਸਿੱਧਾ ਜੈ ਹੀ ਲਾਉਣਾ ਠੀਕ ਹੈ ਨਾ ਇੱਥੇ ਤੱਕ ਲਾਤਾ ਹੁਣ ਆਪਾਂ ਨੇ ਬਸ ਹੁਣ ਆਪਾਂ ਨੇ ਕੀ ਕਰਨਾ ਹੁਣ ਇੰ ਆਹ ਵਾਲੀ ਨਿਸ਼ਾਨੀ ਤੋਂ ਲੈ ਕੇ ਆਪਾਂ ਪਹਿਲਾਂ ਇਧਰੋਂ ਮੂਹਰੀ ਮਣ ਲਈ ਆਪਦੀ ਕਿੰਨੀ ਰੱਖਣੀ ਆ ਠੀਕ ਹੈ ਜਿਹੜੀ ਆਪਾਂ ਤਿਆਰ ਰੱਖਣੀ ਆ ਉਹ ਵਾਲੀ ਲਾ ਲੈਣੀ ਆ ਹੁਣ ਆਪਾਂ ਨੇ 9 ਇੰਚ ਮੂਹਰੀ ਤਿਆਰ ਰੱਖਣੀ ਆ ਆਪਾਂ ਨੇ ਇਹ ਪੂਰੀ 9 ਇੰਚ ਲਾ ਲੈਣੀ ਆ ਕਿਉਂਕਿ ਜਿਹੜੀ ਆਪਣਾ ਸਲਾਈਆਂ ਸਲੂਈਆਂ ਦੇ ਵਿੱਚ ਆਊਗਾ ਤੇ ਇਧਰੋਂ ਵੀ ਸਲਾਈ ਚ ਆਊਗਾ ਇਧਰੋਂ ਵੀ ਸਲਾਈ ਚ ਆਊਗਾ ਇਹ ਆਪਣਾ ਜਿਹੜਾ ਆਪਾਂ ਹੁਣ 1.5 ਇੰਚ ਆਹ ਵਾਲਾ ਜ਼ਿਆਦਾ ਰੱਖਣਾ ਨਾ ਇਧਰੋਂ ਬੈਕ ਵਾਲਾ ਤੇ ਉਹਦੇ ਵਿੱਚ ਇਹਦਾ ਸਾਰਾ ਘਾਟਾ ਵਾਧਾ ਨਿਕਲ ਜਾਊਗਾ ਆਪਾਂ ਮੂਹਰੀ ਇਹਦੀ 9 ਇੰਚ ਹੀ ਲਾ ਲੈਨੇ ਆ ਆ ਦੇਖੋ ਮੂਰੀ 9 ਇੰਚ ਤਿਆਰ ਆ ਆਪਾਂ 9 ਇੰਚ ਮੂਰੀ ਇਹਦੀ ਇੱਥੋਂ ਨਿਸ਼ਾਨੀ ਲਾ ਲਈ 9 ਇੰਚ ਦੇ ਉੱਤੇ ਠੀਕ ਆ ਨਾ ਤੇ ਆਹ ਦੇਖੋ ਹੁਣ ਤਿਆਰ ਇੱਥੇ ਮੂਰੀ ਦੀ ਆਪਾਂ ਜਿੱਥੇ 9 ਇੰਚ ਦੀ ਨਿਸ਼ਾਨੀ ਲਾਈ ਆ ਉਹ ਇਧਰੋਂ ਇਹਦੇ ਤੇ ਇੰਚੀ ਟੇਪ ਰੱਖ ਲੈਣਾ ਤੇ ਇਧਰੋਂ ਆਪਾਂ ਇਹਦੇ ਤੇ ਰੱਖ ਲੈਣਾ ਆਹ ਵਾਲੀ ਤੱਕ ਠੀਕ ਆ ਤੇ ਹੁਣ ਆਪਾਂ ਨੇ ਇਹਦੇ ਤੇ ਨਿਸ਼ਾਨੀ ਲਾ ਦੇਣੀ ਆ ਇਦਾਂ ਰੱਖ ਕੇ ਠੀਕ ਆ ਆਹ ਦੇਖੋ ਇਦਾਂ ਲਾ ਦੇਣਾ ਆਪਾਂ ਨਿਸ਼ਾਨੀ ਇੰਚੀ ਟੇਪ ਰੱਖ ਕੇ ਉੱਥੋਂ ਇਦਾਂ ਲਾ ਕੇ ਇਦਾਂ ਲਾ ਦਈਏ ਠੀਕ ਆ ਆ ਵਾਈ ਤੇ ਸਿਆਣ ਰੱਖਣਾ ਆਪਣਾ ਡੂੰਗ ਏਦਾਂ ਡੂੰਗੀ ਜੀ ਨਹੀਂ ਲਾਉਣੀ ਏਦਾਂ ਕਰਕੇ ਸਿੱਧੀ ਹੀ ਲਾਉਣੀ ਹੈ ਠੀਕ ਹੈ ਏਦਾਂ ਮਾਰੀ ਜੀ ਏਦਾਂ ਤਕਾਉਣ ਜੀ ਕਰ ਦੇਣੀ ਹੈ ਵੀ ਜਦੋਂ ਆਪਾਂ ਝੋਲੀਆਂ ਜੜੀਏ ਆਪਾਂ ਨੂੰ ਪਤਾ ਲੱਗੇ ਕਿ ਆ ਆਸਣ ਆ ਇਧਰ ਲੱਤਾਂ ਠੀਕ ਹੈ ਏਦਾਂ ਮਾਰੀ ਜੀ ਕਦੇ ਥੋੜੀ ਝੋਲੀ ਨਹੀਂ ਪਾਟੂਗੀ ਕਦੇ ਥੋੜਾ ਇਧਰੋਂ ਪਲਾਜੋ ਤਾਂਹਾਨੂੰ ਨਹੀਂ ਚੜੂਗਾ ਠੀਕ ਹੈ ਨਾ ਆ ਦੇਖੋ ਏਦਾਂ ਲਾਤੀਆਂ ਨਿਸ਼ਾਨੀਆਂ ਇਹ ਹੋ ਗਏ ਆਪਣੇ ਫਰੰਟ ਦੇ ਛੋਟੇ ਪੱਲੇ ਇਹ ਫਰੰਟ ਤੇ ਆਉਣਗੇ ਦੋਨੇ ਪੱਲੇ ਇਹ ਆਪਣਾ ਕੱਪੜਾ ਇਦਾਂ ਦੱਸਿਆ ਮੈਂ ਤੁਹਾਨੂੰ ਪਹਿਲਾਂ ਦੂਰਾ ਕਰਕੇ ਰੱਖਿਆ ਹੈ ਆਪਣੇ ਕੰਨੀਆਂ ਜੋੜ ਕੇ ਇਦਾਂ ਇਹ ਦੋਨੇ ਫਰੰਟ ਦੇ ਪੱਲੇ ਹੋ ਜਾਣਗੇ ਹੁਣ ਆਪਾਂ ਬੈਕ ਦੇ ਪੱਲੇ ਵੀ ਕਟਿੰਗ ਕਰਨੇ ਆ ਪਹਿਲਾਂ ਆਪਾਂ ਇਹਨਾਂ ਦੀ ਹੁਣ ਕਟਿੰਗ ਕਰ ਲਈਏ ਕਟਿੰਗ ਕਰਕੇ ਨਾ ਦੇਖੋ ਹੁਣ ਇੱਥੋਂ ਤੇ ਜਿਹੜਾ ਰੱਖਿਆ ਹੈ ਵਾਧੂ ਦਾ ਆਪਣਾ ਮੂਰੀੇ ਮੋੜਨ ਵਾਸਤੇ ਇਹ ਇੱਥੋਂ ਤੇ ਲੈ ਕੇ ਇਦਾਂ ਕਰਕੇ ਪੂਰਾ ਪੂਰਾ ਜਿੰਨੀ ਆਪਣੀ ਨਿਸ਼ਾਨੀ ਲਾਈ ਹੋਈ ਆ ਇੱਥੇ ਤੱਕ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਫਿਰ ਇਹ ਆਪਾਂ ਬੈਕ ਦੇ ਉੱਤੇ ਰੱਖ ਕੇ ਫਿਰ ਆਪਾਂ ਬੈਕ ਦੀ ਕਟਿੰਗ ਕਰਦੇ ਆ ਆਪਾਂ ਕਟਿੰਗ ਕਰਤੀ ਹੈ ਇਹ ਹੋ ਗਏ ਆਪਣੇ ਦੋਨੇ ਫਰੰਟ ਦੇ ਪੱਲੇ ਆਹ ਦੇਖੋ ਇੱਥੋਂ ਇਦਾਂ ਲਿ ਜਾ ਕੇ ਸਿੱਧਾ ਹੀ ਬਸ ਆਪਾਂ ਨੂੰ ਪਤਾ ਲੱਗ ਜੂ ਜਦੋਂ ਆਸਣ ਜੜਨੇ ਆ ਨਾ ਇਹ ਛੋਟੇ ਇਕੱਲੇ ਦੋਨੇ ਅੱਡ ਜਰਾਂਗੇ ਵੱਡੇ ਜਿਹੜੇ ਪੱਲੇ ਕਟਾਂਗੇ ਉਹ ਦੋਨਾਂ ਦੀਆਂ ਆਸਣ ਦੋਨਾਂ ਦੇ ਜੋੜਾਂਗੇ ਠੀਕ ਆ ਇਦਾਂ ਜੋੜ ਕੇ ਫੇਰ ਇੱਕ ਲੱਤ ਇਹਦੀ ਉਹ ਦੂਜੇ ਪੱਲੇ ਨਾਲ ਜੜ ਜੂ ਇਧਰਲੇ ਪਾਸੇ ਇੱਕ ਇਧਰਲੇ ਨਾਲ ਜੜ ਜੂ ਠੀਕ ਆ ਤੇ ਆ ਦੇਖੋ ਹੁਣ ਆਪਣਾ ਇਹ ਹੋ ਗਿਆ ਹੁਣ ਆਪਾਂ ਨੇ ਬੈਕ ਦੇ ਪੱਲੇ ਕਟਿੰਗ ਕਰਨ ਇਹਨੂੰ ਪਰੇ ਕਰ ਲੈਣਾ ਤੇ ਹੁਣ ਆਪਾਂ ਨਾਲ ਦਾ ਕੱਪੜਾ ਨਾ ਇਦਾਂ ਰੱਖ ਲੈਣਾ हां देखो ਜਦੋਂ ਤੁਹਾਨੂੰ ਐ ਬਿਲਕੁਲ ਕਟਿੰਗ ਆਉਣ ਲੱਗ ਗਈ ਫਿਰ ਤੁਸੀਂ ਕੱਪੜਾ ਵੀ ਬਚਾ ਬਚਾਉਣਾ ਹੋਵੇ ਨਾ ਜੇਕਰ ਕੱਪੜਾ ਬਚਾਉਣਾ ਹੋਵੇ ਫਿਰ ਤੁਸੀਂ ਆ ਦੇਖੋ ਜਿਵੇਂ ਇਧਰੋਂ ਇਧਰੋਂ ਨਾਲੋਂ ਤਾਂ ਆਪਾਂ ਇਹਦੀ ਫਰੰਟ ਦੇ ਦੀ ਕਟਿੰਗ ਕਰਤੀ ਫਿਰ ਆਪਾਂ ਬੈਕ ਦੀ ਜਿੱਥੇ ਤੱਕ ਲੱਤ ਆਉਂਦੀ ਹੋਵੇ ਨਾ ਇੱਥੇ ਤੱਕ ਇਦਾਂ ਰੱਖ ਕੇ ਇਧਰੋਂ 1.5 ਇੰਚ ਪਛਦਾ ਹੋਵੇ ਇਦਾਂ ਹਨਾ ਫਿਰ ਤੁਸੀਂ ਇਦਾਂ ਰੱਖ ਕੇ ਇਦਾਂ ਵੀ ਕਟਿੰਗ ਕਰ ਸਕਦੇ ਹੋ ਇਦਾਂ ਥੋੜਾ ਕਿੰਨਾ ਕ ਕੱਪੜਾ ਪਛ ਸਕਦਾ ਕਿ ਆ ਲੱਤ ਇਧਰ ਨੂੰ ਆ ਗਈ ਇੰਨੀ ਤੇ ਆਪਣਾ ਇਧਰੋਂ ਇੰਨਾ ਕ ਕੱਪੜਾ ਫਿਰ ਬੱਝ ਸਕਦਾ ਨਹੀਂ ਜੇ ਆਪਾਂ ਨੂੰ ਦੂਜੇ ਲੋੜ ਮੈਂ ਤੁਹਾਨੂੰ ਕਟਿੰਗ ਮੈਂ ਤੁਹਾਨੂੰ ਦੂਜੇ ਲੋੜੀ ਦੱਸੂਗੀ ਤਾਂ ਮੈਂ ਕਪੜਾ ਬਚਾਉਣ ਦੇ ਬਾਰੇ ਦੱਸਿਆ ਵਾ ਵੀ ਜੇ ਕਪੜਾ ਵੀ ਬਚਾਉਣਾ ਹੋਵੇ ਨਾ ਫਿਰ ਆਪਾਂ ਇਦਾਂ ਰੱਖ ਕੇ ਆ ਦੇਖੋ ਜਿਹੜਾ 1.5 ਇੰਚ ਆਪਾਂ ਜਿਆਦਾ ਰੱਖਣਾ ਉਹ ਇੱਧਰ ਰੱਖ ਕੇ ਆ ਲੱਤ ਆਪਣੀ ਜਿੱਥੇ ਤੱਕ ਆ ਆਉਂਦੀ ਆ ਹੋਰ ਵੀ ਨੂੰ ਜਾ ਸਕਦੀ ਆ ਆਪਣੀ ਆ ਦੇਖੋ ਆ ਦੇਖੋ ਇਦਾਂ ਇਦਾਂ ਰੱਖ ਕੇ ਨਾ ਇਦਾਂ ਹਾ ਦੇ ਜਿੱਥੇ ਦਾ ਕੜਾ 1.5 ਇੰਚੇ ਇਧਰੋਂ ਆਪਣਾ ਕਪੜਾ ਬਚਦਾ ਹੋਵੇ ਇਦਾਂ ਰੱਖ ਕੇ ਨਾ ਇਦਾਂ ਇਹਦੇ ਚੋਂ ਵੀ ਆਪਾਂ ਕਟਿੰਗ ਕਰ ਸਕਦੇ ਆ ਦੇਖੋ ਪਲਾਜ਼ੋ ਨੂੰ ਆਪਾਂ ਨੂੰ ਫਿਰ ਇੱਥੋਂ ਲੰਬ ਇੰਨਾ ਕੀ ਜ਼ਿਆਦਾ ਚਾਹੀਦਾ ਬਸ ਇੰਨਾ ਕ ਇਹ ਆ ਆਪਣਾ ਕਪੜਾ ਬਚ ਜੂਗਾ ਫਿਰ ਠੀਕ ਹੈ ਨਾ ਜੇ ਕਪੜਾ ਆਪਾਂ ਜਦੋਂ ਫਿਰ ਬਚਾਉਣਾ ਹੋਇਆ ਕਰੂ ਫਿਰ ਆਪਾਂ ਇਦਾਂ ਬਚਾ ਸਕਦੇ ਆ ਤੇ ਪਰ ਮੈਂ ਤੁਹਾਨੂੰ ਹੁਣ ਅੱਜ ਦੱਸਣਾ ਮੈਂ ਸਮਝਾਉਣ ਲਈ ਫਿਰ ਹੁਣ ਮੈਂ ਤੁਹਾਨੂੰ ਇਹ ਦੂਜੇ ਲੋਟੀ ਦੱਸੂਗੀ ਤੇ ਆਹ ਦੇਖੋ ਹੁਣ ਆਹ ਉਧਰੋਂ ਦੂਜਾ ਫਰੰਟ ਦਾ ਪੱਲਾ ਕਟਿੰਗ ਹੋ ਗਿਆ ਆ ਫੇਰ ਇਸ ਤੋ ਗਿਆ ਕਰਨੀਆਂ ਇੱਧਰ ਜੋੜੀਆਂ ਹੋਈਆਂ ਨੇ ਆਪਣੀਆਂ ਕਪੜਾ ਉਧਰਲੀ ਸਾਈਡ ਤੋਂ ਫੋਲਡ ਆ ਇਦਾਂ ਇਧਰ ਨੂੰ ਹੀ ਪਿਆਵਾਰ ਗਾਹਾਂ ਵਾਲਾ ਕਪੜਾ ਫੇਰ ਗਾਹਾਂ ਇਧਰ ਨੂੰ ਕਰ ਲਿਆ ਆਪਾਂ ਨੇ ਹੁਣ ਆਹ ਇੱਕ ਸੌਖਾ ਤਰੀਕਾ ਬਸ ਇਦਾਂ ਹੀ ਇਹਨੂੰ ਕੀ ਕਰਨਾ ਇਹਨੂੰ ਉੱਤੇ ਧਰ ਲੈਣਾ ਇਹਦੇ ਫਰੰਟ ਦੇ ਇਦਾਂ ਕਰਕੇ ਆਹ ਬੈਕ ਦੇ ਪੱਲਿਆਂ ਦੇ ਉੱਤੇ ਨਾ ਇਦਾਂ ਰੱਖ ਲੈਣਾ ਆਹ ਦੇਖੋ ਇਦਾਂ ਉੱਪਰ ਰੱਖ ਲਿਆ ਤੇ ਆਹ ਇਧਰਲੀ ਸਾਈਡ ਤੋਂ ਮਣ ਕੇ ਇੱਥੋਂ 1.5 ਇੰਚ ਇਧਰੋਂ ਮਣ ਲੈਣਾ ਪੂਰਾ ਸਹੀ ਸਹੀ 1.5 ਇੰਚ ਇਧਰੋਂ ਮਣ ਕੇ ਆਹ ਚੀਜ਼ ਇਧਰ ਹੀ ਛੱਡ ਦੇਣੀ ਆ ਪਹਿਲਾਂ ਆਪਾਂ ਨੇ ਇਧਰੋਂ ਛੱਡ ਦਾਂਗੇ ਇਧਰੋਂ ਛੱਡ ਕੇ ਬਸ ਇੱਥੋਂ ਆਪਾਂ ਨੇ ਇਹਦੇ ਨਾਲ-ਨਾਲ ਇਦਾਂ ਇਹਦੀ ਪੂਰੀ ਨਾਲ-ਨਾਲ ਕਟਿੰਗ ਕਰ ਦੇਣੀ ਆ ਇਥੋਂ ਜਿਹੜੀ ਮੈਂ ਤੁਹਾਨੂੰ ਦੱਸੂਗੀ ਨਾ ਇਹ ਕਾਟ ਪਾਉਣੀ ਵੀ ਦੱਸੂਗੀ ਤਾਂ ਮੈਂ ਤੁਹਾਨੂੰ ਐਸੇ ਦੱਸ ਰਹੀ ਹਾਂ ਲਈ ਵੀ ਇਥੋਂ ਇਦਾਂ ਰੱਖ ਕੇ ਆਪਾਂ ਇਹਦੀ ਲਾ ਲਾ ਦੇਣੀ ਆ ਤੇ ਕਈ ਵਾਰੀ ਮੈਨੂੰ ਕਮੈਂਟ ਆ ਵੀ ਇਹ ਤਾਂ ਜਿਹੜਾ ਵੱਧ ਰੱਖੀ ਦਿੰਦਾ ਝੋਲੀ ਕਿੰਨੇ ਵੱਧ ਰੱਖੀ ਦਿੰਦਾ ਵੀ ਇਧਰੋਂ ਤੇ ਉਹ ਬਿਲਕੁਲ ਇਧਰੋਂ ਨਾਲ ਲਾ ਕੇ ਇਦਾਂ ਬਿਲਕੁਲ ਇਧਰੋਂ ਕੰਨੀ ਦੇ ਤੇ ਕੰਨੀਆਂ ਧਰ ਕੇ ਫਿਰ ਉਹ ਆਪਾਂ ਨੂੰ ਇਧਰੋਂ ਲਾਉਣਾ ਪਊਗਾ ਵੀ ਆ ਉੱਪਰਲਾ ਪਹਿਲਾਂ ਜਿਹੜਾ ਇਥੋਂ ਰੱਖਣਾ ਵਾ ਇਥੋਂ ਡੇਢ ਕੈਂਚਾ ਝੋਲੀ ਤੋਂ ਇਦਾਂ ਰੱਖ ਕੇ ਇਦਾਂ ਹਨਾ ਤੇ ਇਥੋਂ ਇਹਦੇ ਨਾਲ ਆ 1.5 1.5 ਇੰਚ ਇਦਾਂ ਕਰਕੇ ਇਦਾਂ ਇਦਾਂ 1.5 1.5 ਇੰਚੇ ਜ਼ਿਆਦਾ ਰੱਖ ਕੇ ਫੇਰ ਆਪਾਂ ਨੂੰ ਕਟਿੰਗ ਕਰਨੀ ਪਊ ਹਨਾ ਇਹ ਤੁਹਾਨੂੰ ਕਿੱਥੋਂ ਇਦਾਂ ਇਕੱਲੇ ਇਕੱਲੇ ਦੀ 1.5 1.5 ਇੰਚ ਮਾਣਨਾ ਪਊ ਇੱਥੋਂ ਮਾਣਨਾ ਪਊ ਇੱਥੋਂ ਮਾਣਨਾ ਪਊ ਕਿੱਥੋਂ ਆਪਾਂ ਨੇ ਇਹ ਸੌਖਾ ਤਰੀਕਾ ਵਾ ਇਹ ਬਾਅਦ ਉਧਰ ਨੂੰ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਐਵੇਂ ਹੀ ਵੱਧ ਜਾਣਾ ਜਿਵੇਂ ਉਧਰ ਆਪਾਂ ਨੇ ਨਿਸ਼ਾਨ ਲਾਏ ਹੋਏ ਨੇ ਨਾ ਐਵੇਂ ਹੀ ਵੱਧ ਜਾਣਾ ਵਾ ਇਹੇ ਦੇਖੋ ਇਹ ਇਧਰੋਂ ਆਪਾਂ ਪਹਿਲਾਂ ਹੀ ਇਧਰੋਂ 1.5 ਇੰਚ ਛੱਡ ਲੈਣਾ ਤੇ ਜੇਕਰ ਭਾਰੀ ਨਾ ਆਪਣੇ ਕਾਫੀ ਹੈ ਭਪਾਰੀ ਹੋਵੇ ਫਿਰ ਇਧਰੋਂ ਆਹ ਤੁਸੀਂ 2 ਇੰਚ ਵੀ ਇਧਰੋਂ 2 ਇੰਚ ਦਾ ਵੀ ਆਹ ਛੱਡ ਦੇਣਾ ਥਾਂ ਦੇਖੋ ਧਿਆਨ ਨਾਲ ਫਿਰ ਇਦਾਂ ਰੱਖ ਲੈਣਾ ਇਹਦੇ ਉੱਤੇ ਇਧਰੋਂ ਆਪਾਂ ਮਿਣਕੇ ਮੈਂ ਤੁਹਾਨੂੰ ਦੱਸਦੀ ਆਂ ਆਹ ਦੇਖੋ ਇਹ ਹੁਣ ਇੱਥੋਂ ਆਪਾਂ ਨੇ ਆਹ ਮਿਣਕੇ 1.5 ਇੰਚ ਆਹ ਦੇਖੋ 1.5 ਇੰਚ ਰਿਹਾ ਕਿ ਨਾ ਬਲਾ ਆਹ ਦੇ ਆਹ 1.5 ਇੰਚ ਇੱਥੋਂ ਲਾ ਕੇ ਨਿਸ਼ਾਨੀ ਇੱਥੇ ਲਾਤੀ ਇੱਥੇ 1.5 ਇੰਚ ਲਾਤੀ 1.5 1.5 ਇੰਚੇ ਲਾ ਕੇ ਪਾਪਾ ਨੇ ਇੱਥੋਂ ਆ 1.5 ਇੰਚ ਇੰਨਾ ਕਪੜਾ ਆਪਾਂ ਉਹਦਾ ਆ ਸਣੇ ਕੰਨੀਆਂ ਇਧਰੋਂ ਇਹ ਆਪਾਂ ਛੱਡਤੀਆਂ ਠੀਕ ਆ ਇੱਥੋਂ ਕਾਪਾਂ ਨੇ ਆਪਦਾ ਥੋੜਾ ਇੰਨਾ ਕ 1.5 ਇੰਚ ਰੱਖ ਕੇ ਕਪੜਾ ਆਪਾਂ نیچے ਨੂੰ ਕਰਨ ਰੱਖਣਾ ਚ ਇੱਥੇ ਫੇਰ ਆਪਾਂ ਨੇ ਇੱਥੋਂ ਇਹ ਲਾ ਲਿਆ 1.5 ਇੰਚ ਦੀ ਨਿਸ਼ਾਨੀ ਇਹ ਲਾ ਲਈ ਤੇ ਫੇਰ ਆਪਾਂ ਨੇ ਕੀ ਕਰਨਾ ਆਹ ਵਾਲਾ ਜਿਹੜਾ ਆਸਣ ਆਸਣ ਕੰਨੀਆਂ ਲਾਉਣਾ ਗੱਲ ਧਿਆਨ ਰੱਖਣੀ ਆ ਇੱਕਈ ਵਾਰ ਦਿਮਾਗ 'ਚ ਆਪਾਂ ਨੂੰ ਸਮਝ ਨਹੀਂ ਆਉਂਦੀ ਇਹ ਵੀ ਇਧਰੋਂ ਰੱਖਣਾ ਵਾ ਕਿੱਦਾਂ ਰੱਖਣਾ ਆਹ ਆਸਣ ਕੰਨੀਆਂ 1.5 ਇੰਚ ਜਦੋਂ ਜੇ ਕੋਈ ਭਾਰੀ ਨਾਪ ਨੇ ਤਾਂ ਬੱਚੀ ਦਾ ਵਾ ਤੇ ਮੀਡੀਅਮ ਸਾਈਜ਼ ਤੱਕ ਵੀ 1.5 ਇੰਚ ਹੀ ਲਾਉਣਾ ਜਦੋਂ ਪੂਰਾ ਭਾਰੀ ਨਾਪ ਹੋਊਗਾ ਫਿਰ ਆਪਾਂ 2 ਇੰਚ ਵੀ ਵੱਧ ਰੱਖ ਸਕਦੇ ਆ ਬੈਕ ਵਾਲਾ ਠੀਕ ਆ ਆ ਦੇਖ ਹੁਣ ਇਹਦੀ ਸੇਧ ਤੋਂ ਇੱਥੋਂ 1.5 ਇੰਚ ਆਪਾਂ ਨੇ ਆਹ ਨਿਸ਼ਾਨੀ ਉੱਪਰ ਲਾ ਲਈ ਬੈਕ ਵਾਲੀ ਦੀ ਤੇ ਹੁਣ ਆਪਾਂ ਇੱਥੋਂ ਰੱਖ ਕੇ ਐਨ ਸਿੱਧੀ ਤਰਸ਼ੀ ਇੱਥੇ ਤੱਕ ਨਿਸ਼ਾਨੀ ਲਾ ਦੇਣੀ ਆ ਆ ਦੇਖੋ 1.5 ਇੰਚ ਆ ਬੈਕ ਵਾਲਾ ਆਪਾਂ ਜਿਆਦਾ ਰੱਖ ਲਿਆ ਆ ਫਰੰਟ ਵਾਲੇ ਇੱਥੇ ਤੱਕ ਨਹੀਂ ਹੈ ਨਾ ਇੱਥੋਂ 1.5 ਇੰਚ ਮਾਣ ਕੇ ਇੱਥੇ ਨਿਸ਼ਾਨੀ ਲਾ ਕੇ ਇੱਥੋਂ ਰੱਖ ਕੇ ਇੰਚੀ ਟੇਪ ਆਪਾਂ ਸਿੱਧਾ ਆ ਇਹਦੇ ਤੱਕ ਲਾ ਕੇ ਨਾ ਇਹਦੇ ਨਾਲ ਆਪਾਂ ਚਾਕ ਦੀ ਨਿਸ਼ਾਨੀ ਲਾਤੀ ਤੇਡੀ ਤਰਸ਼ੀ ਹੋਗੀ ਨਾ ਆਹ ਵਾਲੀ ਚੀਜ਼ ਇਹ ਆਸਣ 1.5 ਇੰਚ ਜ਼ਿਆਦਾ ਹੋ ਜਾਊਗਾ ਠੀਕ ਆ ਇਹ ਵਿੱਚ ਆ ਦੇਖੋ ਇਧਰੋਂ ਆਪਾਂ ਆਹ ਵਾਲੀ ਹੋਈ ਪਹਿਲਾਂ ਆਪਾਂ ਦੀ ਕਟਿੰਗ ਕਰ ਗਏ ਮੈਂ ਤੁਹਾਨੂੰ ਦੱਸ ਦਿਆਂ ਆ ਦੇਖੋ 1.5 ਇੰਚ ਆਪਾਂ ਇਧਰਲੀ ਸਾਈਡ ਤੋਂ 1.5 ਇੰਚ ਆਹ ਚੀਜ਼ ਰੱਖ ਕੇ 1.5 ਇੰਚ ਰੱਖ ਕੇ ਤੇ ਆਪਾਂ ਨੇ ਪਲਾਜ਼ੋ ਉੱਤੇ ਰੱਖ ਲਿਆ ਇਹਦੇ ਇੰਨੀ ਚੀ ਛੱਡ ਕੇ 1.5 ਇੰਚ ਹਾਂ ਉੱਤੇ ਰੱਖ ਤੇ ਫਰੰਟ ਵਾਲੇ ਪੱਲੇ 1.5 ਇੰਚ ਆ ਵਧਾ ਆ ਕੇ ਤਰਸ਼ੀ ਕਾਟ ਲਾਤੀ ਦੇਖੋ ਰੱਖ ਤਾ ਨਾ ਇਦਾਂ ਰੱਖ ਕੇ ਪਾਸੇ 1.5 ਇੰਚ ਛੱਡੀ ਇਧਰੋਂ ਤੁਹਾਨੂੰ ਉਧਰੋਂ ਲਾਉਣਾ ਤੁਹਾਨੂੰ ਔਖਾ ਲੱਗੂ ਤੇ ਹੁਣ ਜਦੋਂ ਮੈਂ ਕਟਿੰਗ ਕਰਕੇ ਜਦੋਂ ਇਹਨੂੰ ਇਧਰਲੀ ਸਾਈਡ ਤੇ ਨੂੰ ਕਰੂੰਗੀ ਨਾ ਪਲਾਜ਼ੋ ਨੂੰ ਉੱਪਰਲੇ ਪੱਲਿਆਂ ਨੂੰ ਤੇ ਉਧਰੋਂ ਉਵੇਂ ਹੀ ਬਚ ਜਾਣਾ ਜਿਵੇਂ ਆਪਾਂ ਇਹਦੀ ਕਟਿੰਗ ਕਰ ਦਿੰਦੇ ਆ ਆਸਾਨ ਕਰਨੀ ਆ ਠੀਕ ਆ ਇਹ ਸੌਖਾ ਤਰੀਕਾ ਵਾ ਬੀ ਇਧਰੋਂ ਸਿੱਧਾ ਹੀ ਛੱਡਣਾ ਪੈ ਜੂ ਤੁਹਾਨੂੰ ਕੋਈ ਔਖਾ ਨਹੀਂ ਲੱਗੂਗਾ 1.5 ਇੰਚ ਛੱਡ ਕੇ ਤੇ ਆਹ ਦੇਖੋ ਹੁਣ ਨਿਸ਼ਾਨੀ ਲਾਤੀ ਇੱਥੋਂ ਦੇਖੋ ਕਿਹੜੀ ਕੀ ਦੀ ਸਮਝ ਨਹੀਂ ਆਉਂਦੀ ਤਾਂ ਮੈਨੂੰ ਦੱਸਿਓ ਆ ਇਧਰੋਂ ਬਲਜਾ ਖੜ ਕੇ ਬਿਲਕੁਲ ਸਿੱਧਾ ਰੱਖ ਲਓ ਠੀਕ ਆ ਹੁਣ ਆਪਾਂ ਇਹਦੀ ਕਟਿੰਗ ਕਰਨੀ ਆ ਹੁਣ ਆਪਾਂ ਇਹਦੀ ਕਟਿੰਗ ਕਿਵੇਂ-ਕਿਵੇਂ ਕਰਨੀ ਆ ਉਹ ਵੀ ਮੇਰੇ ਨਾਲ-ਨਾਲ ਕਰਿਓ ਦੇਖੋ ਆ ਯਾਦ ਰੱਖਿਓ ਵੀ 1.5 ਇੰਚ ਆਪਾਂ ਨੇ ਆ ਛੱਡਿਆ ਹੋਇਆ ਆਹ ਫਰੰਟ ਵਾਲੇ ਪੱਲੇ ਆਪਾਂ ਨੇ ਇਸ ਤੋਂ ਅੱਗੇ ਛੱਡ ਕੇ ਫੇਰ ਰੱਖੇ ਨੇ ਹੁਣ ਆਪਾਂ ਮੂਰੀ ਤੋਂ ਲੈ ਕੇ ਆ ਨਾਲ-ਨਾਲ ਇਧਰਲੇ ਸਾਰੇ ਜਿੱਦ ਤੋਂ ਆਸਣ ਕੰਨੀਓ ਇਧਰੋਂ ਨਾਲ-ਨਾਲ ਆਪਾਂ ਨੇ ਇਹਦੀ ਹੁਣ ਕਟਿੰਗ ਕਰ ਦੇਣੀ ਆ ਆ ਜਿਹੜੀ ਆਪਾਂ ਨਿਸ਼ਾਨੀ ਲਈ ਆ ਵਧਾ ਕੇ ਇੱਥੋਂ ਆਪਾਂ ਇਹਦੀ ਤਿਰਸ਼ੀ ਕਟਿੰਗ ਕਰ ਦੇਣੀ ਆ ਠੀਕ ਆ ਲੈ ਹੁਣ ਬੈਕ ਵਾਲੇ ਪਲੇ ਨਿਕਲੇ ਆਉਣੇ ਆਪਣੇ ਚਲੋ ਹੁਣ ਮੇਰੇ ਨਾਲ ਨਾਲ ਕਟਿੰਗ ਕਰਿਓ ਹੁਣ ਆਪਾਂ ਇਧਰੋਂ ਕੱਟ ਕੇ ਕਟਿੰਗ ਕਰਕੇ ਆ ਕਪੜਾ ਫਰੇ ਕਰ ਦੇਣਾ ਕਰਤਾ ਨਾ ਆ ਦੇਖੋ ਹੁਣ ਆਪਾਂ ਨੇ 1.5 1.5 ਇੰਚ ਇਧਰੋਂ ਛੱਡ ਕੇ ਆ 1.5 ਇੰਚ ਦੀ ਉੱਪਰ ਲਈ ਆਪਾਂ ਬੈਕ ਵਾਲੀ ਦੀ ਵੱਡੀ ਰੱਖੀ ਸੀ ਇਧਰੋਂ ਆਪਾਂ ਬਿਲਕੁਲ ਤਰਸ਼ੀ ਕਾਟ ਮਲਾ ਕੇ ਆਪਾਂ ਇਹਦੇ ਨਾਲ ਇਹਦੇ ਨਾਲ ਇੱਥੇ ਮਲਾਤੀ ਆ ਸਮਝ ਆ ਗਈ ਨਾ ਹੁਣ ਆ ਦੇ ਤੇ ਹੁਣ ਜੇਕਰ ਆਪਾਂ ਹੁਣ ਇਹਨੂੰ ਆ ਦੇ ਇਧਰੋਂ ਹੀ ਛੱਡਤਾ ਨਾ 1.5 ਇੰਚ ਤਾਂ ਕਰਕੇ ਹੁਣ ਉਧਰੋਂ ਜੇ ਆਪਾਂ ਉਧਰੋਂ ਕੱਲੇ-ਕੱਲੀ ਨਿਸ਼ਾਨੀ ਲਾਉਣੀ ਪੈਣੀ ਸੀ ਆਪਾਂ ਨੂੰ ਔਖਾ ਲੱਗਣਾ ਸੀ ਤੇ ਹੁਣ ਆ ਦੇਖੋ ਮੈਂ ਇਹਦੇ ਨਾਲ ਮਲਾਤਾ ਤੇ ਜਿਹੜੇ ਹੁਣ ਆਪਾਂ ਦੂਜੇ ਲੋਟ ਦੱਸਦੇ ਹੁੰਦੇ ਨੇ ਵੀ ਇਦਾਂ ਡੇਢ ਡੇਢ ਇੰਚ ਆਹ ਦੇਖੋ ਉਧਰਲੀ ਸਾਈਡ ਤੋਂ ਵੱਧ ਗਿਆ ਨਾ ਹੁਣ ਇਧਰੋਂ ਛੱਡ ਕੇ ਸੌਖਾ ਸੀਗਾ ਸਿੱਧਾ ਹੀ ਤਰਕੇ ਬਸ ਆਪਾਂ ਨੇ ਕੱਲੀ ਤਰਸ਼ੀ ਘਾਟ ਵਾਲੀ ਬਧਾਈਆ ਤੇ ਨਹੀਂ ਫਿਰ ਉਹ ਆਪਾਂ ਨੂੰ ਇਦਾਂ ਮਲਾਉਣਾ ਪੈਣਾ ਸੀ ਇੱਥੋਂ ਵੀ ਡੇਢ ਇੰਚ ਲਾ ਕੇ ਫਿਰ ਇੱਥੋਂ ਡੇਢ ਇੰਚ ਵਧਾਉਣਾ ਪੈਣਾ ਸੀ ਫਿਰ ਇਦਾਂ ਇਦਾਂ ਕਰਕੇ ਨਿਸ਼ਾਨੀਆਂ ਡੇਢ ਡੇਢ ਇੰਚ ਦੀਆਂ ਲਾ ਕੇ ਫਿਰ ਆਪਾਂ ਨੂੰ ਅਲੱਗ ਕਟਿੰਗ ਕਰਨੀ ਪੈਣੀ ਸੀ ਸਮਝ ਆ ਗਈ ਨਾ ਹੁਣ ਆਪਾਂ ਨੇ ਇਧਰੋਂ ਹੀ ਛੜਾਤਾ ਸੀਗਾ ਇਹ ਡੇਢ ਇੰਚ ਆ ਦੇ ਇੱਥੋਂ ਆ ਤਰਸ਼ੀ ਚ ਕਾਟ ਲਾ ਇਦਾਂ ਛੜਵਾ ਕੇ ਤੇ ਆ ਦੇਖੋ ਉਧਰੋਂ ਆਪਾਂ ਨਾਲੋਂ ਨਾਲ ਸਿੱਧੀ ਹੋਈ ਐਂ ਕਰਕੇ ਕਟਿੰਗ ਕਰਤੀ ਉਧਰੋਂ ਸੌਖੀ ਐ ਫਿਰ ਐਦਾਂ ਕਰਨੀ ਹੈ ਨਾ ਤੇ ਆ ਦੇਖੋ ਐਦਾਂ ਹੁਣ ਆਪਣੀ ਇਹ ਬੈਗ ਤੇ ਫਰੰਟ ਦੇ ਦੋਨੇ ਪੱਲੇ ਕਟਿੰਗ ਹੋ ਗਏ ਨੇ ਤੇ ਹੁਣ ਆਪਾਂ ਨੇ ਜਦੋਂ ਇਹਨਾਂ ਦੀ ਸਟੀਚਿੰਗ ਕਰਨੀ ਆ ਆ ਝੋਲੀਆਂ ਦੋਨੇ ਇਹ ਕੱਲੇ ਪਹਿਲਾਂ ਛੋਟੀਆਂ ਦੀਆਂ ਫਰੰਟ ਵਾਲੀਆਂ ਦੀਆਂ ਜੋੜ ਲੈਣੀਆਂ ਨੇ ਦੋਨੇ ਆਹ ਵਾਲੀਆਂ ਝੋਲੀਆਂ ਦੀਆਂ ਸੀਣਾ ਲਾ ਲੈਣੀਆਂ ਨੇ ਲਾ ਕੇ ਫਿਰ ਵੱਡੀਆਂ ਦੀਆਂ ਝੋਲੀਆਂ ਦੀਆਂ ਸੀਣਾ ਲਾ ਲੈਣੀਆਂ ਨੇ ਕੱਲਿਆਂ ਦੀਆਂ ਠੀਕ ਆ ਇਹ ਲਾ ਕੇ ਆਪਾਂ ਨੇ ਫਿਰ ਇਹਨਾਂ ਨੂੰ ਐਦਾਂ ਕਰਕੇ ਆਪਾਂ ਨੇ ਖੋਲ ਲੈਣਾ ਇਦਾਂ ਇਦਾਂ ਖੋਲ ਕੇ ਫਿਰ ਇਹ ਜਦੇ ਪਾਈ ਨੇ ਲੱਤਾਂ ਜੜਨੀਆਂ ਨੇ ਫਿਰ ਇੱਕ ਆ ਮੂਰੇ ਦਾ ਰੱਖ ਕੇ ਆ ਫਰੰਟ ਦੇ ਨਾਲ ਇਧਰਲੀ ਫਰੰਟ ਨਾਲ ਜੋੜ ਦੇਣੀ ਆ ਉਧਰਲੀ ਉਧਰਲੇ ਬੈਕ ਇਹ ਦੇਖੋ ਇਹਦੀ ਫਰੰਟ ਦੀ ਲੈ ਸੀਨਾਂ ਛੋਟੀ ਇਹ ਇੱਕ ਸੀਨ ਇਧਰੋਂ ਬੈਕ ਵਾਲੇ ਨਾਲ ਜੜੀ ਜਾਣੀ ਆ ਹਨਾ ਤੇ ਇੱਕ ਉਧਰਲੀ ਸਾਈਡ ਤੋਂ ਉਧਰਲੇ ਬੈਕ ਵਾਲੇ ਨਾਲ ਜੜੀ ਜਾਣੀ ਆ ਠੀਕ ਹੈ ਤੇ ਜੇ ਇਹਦੀ ਸਟੀਚਿੰਗ ਦੀ ਵੀ ਲੋੜ ਹੋਈ ਮੈਂ ਸਟੀਚਿੰਗ ਮੇਰੇ ਬੜਾਈਆ ਵੀ ਹੋਈਆਂ ਨੇ ਵੀਡੀਓ ਤੁਸੀਂ ਉਹ ਦੇਖ ਵੀ ਲਿਓ ਤੇ ਹੁਣ ਜਿਹੜੀ ਇਹਦੇ ਚੋਂ ਆਹ ਦੇਖੋ ਆਹ ਫਰੰਟ ਦੀਆਂ ਝੋਲੀਆਂ ਆਹ ਫਰੰਟ ਫਰੰਟ ਦੀਆਂ ਨੇ ਉੱਪਰ ਲੀਆਂ ਆਹ ਦੋਨੇ ਜੜ ਦੇਣੀਆਂ ਨੇ ਤਾਂ ਹੈ ਆਹ ਬੈਕ ਵਾਲੀਆਂ ਨੀਚੋਂ ਆਹ ਬੈਕ ਵਾਲੀਆਂ ਦੋਨੇ ਇਦਾਂ ਜੜੀਆਂ ਹੋਈਆਂ ਹੋਣਗੀਆਂ ਨਾ ਇਦਾਂ ਇਦਾਂ ਜੜਨ ਤੋਂ ਬਾਅਦ ਫਿਰ ਆਹ ਇੱਕ ਬੈਕ ਵਾਲੀ ਨਾਲ ਇਧਰੋਂ ਆਹ ਜੜ ਦੇਣੀ ਹੈ ਇਦਾਂ ਸਿੱਧੀ ਸਿੱਧੀ ਠੀਕ ਆ ਇਧਰੋਂ ਸੀਨ ਲਾ ਦੇਣੀ ਆ ਤੇ ਇਧਰੋਂ ਹਾ ਵਾਲੀ ਇਹਦੀ ਇਧਰਲੀ ਸਾਈਡ ਨਾਲ ਬੈਕ ਵਾਲੇ ਦੇ ਨਾਲ ਇਹਦੀ ਸੀਨ ਲਾ ਦੇਣੀ ਹੈ ਠੀਕ ਆ ਤੇ ਜਦੋਂ ਤੁਸੀਂ ਝੋਲੀ ਦੀ ਸੀਨ ਲਾਉਮੋਗੇ ਫਿਰ ਤੁਸੀਂ ਇਦਾਂ ਨਹੀਂ ਕਹਿਣਾ ਕਿ ਵੀ ਆਹ ਜ਼ਿਆਦਾ ਹੋ ਗਿਆ ਇਹ ਇਹਦੇ ਬਰਾਬਰ ਇਹਦੇ ਬਰਾਬਰ ਨਹੀਂ ਹੁੰਦਾ ਬਜਾਏ ਇਹਨੂੰ ਕਟਿੰਗ ਕਰਨੀ ਹੈ ਨਹੀਂ ਇਹਨੂੰ ਇਦਾਂ ਹੀ ਰੱਖਣਾ ਇਹ ਫਿਰ ਆਪਾਂ ਨੇ ਜਦੋਂ ਆਹ ਸੀਨ ਲੱਗੀ ਹੋ ਫਿਰ ਆਪਾਂ ਨੇ ਝੋਲੀ ਦੀ ਸੀਨ ਇਧਰ ਨੂੰ ਕਰਕੇ ਫਿਰ ਆ ਝੋਲੀ ਦੀ ਸੀਨ ਲਾਉਣੀ ਹੈ ਝੋਲੀ ਦੇ ਵਿੱਚ ਸਿਰਫ 1/2 ਇੰਚ ਹੀ ਰੱਖਣਾ ਆਪਾਂ ਨੇ ਤੇ ਫਿਰ ਜਿਹੜੀ ਆਹ ਵਾਲੀ ਸੀਨ ਹੋਊਗਾ ਆਪਣੀ ਬੈਕ ਤੋਂ ਫਰੰਟ ਕੰਨੀ ਨੂੰ ਇਦਾਂ ਥੋੜੀ ਥੋੜੀ ਇੰਚਕ ਦੀ ਇਦਾਂ ਬਾਹਰ ਨੂੰ ਆਊਗੀ ਠੀਕ ਹੈ ਇੱਧਰ ਅੰਦਰ ਇੱਧਰ ਨੂੰ ਫਰੰਟ ਕੰਨੀ ਨੂੰ ਆਉਗੀ ਇਹ ਇਦਾਂ ਕਰਕੇ ਠੀਕ ਹੈ ਤੇ ਜੇ ਇਹਦੇ ਵਿੱਚੋਂ ਕੁਝ ਵੀ ਨਾ ਸਮਝ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਉਸੇ ਪੁਆਇੰਟ ਤੇ ਦੱਸਿਆ ਕਰੋ ਫਿਰ ਮੈਂ ਉਸੇ ਤੇ ਡੀਪਲੀ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਤੇ ਫਿਰ ਉਸੇ ਤੇ ਜ਼ਿਆਦਾ ਸਮਝਾਇਆ ਜਾਂਦਾ ਠੀਕ ਹੈ ਤੇ ਇਹ ਮੈਨੂੰ ਦੱਸਿਓ ਵੀ ਸਮਝ ਆਈ ਆ ਜਾਂ ਨਹੀਂ ਆਈ ਕਿੱਥੋਂ ਨਹੀਂ ਆਈ ਉਹ ਵੀ ਦੱਸ ਦਿਓ ਤੇ ਹਾਂਜੀ ਕਿਵੇਂ ਲੱਗੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਹਾਂਜੀ ਧੰਨਵਾਦ